ਵੈਰੀ ਗੁੱਡ ਈਵਨਿੰਗ ਫਰੈਂਡਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਮਨ ਬਾਂਸਲ ਤੁਹਾਡਾ ਸਵਾਗਤ ਕਰਦਾ ਜੀ ਸੀ ਡੀ ਪੀ ਦੇ ਇਸ ਕੋਰਸ ਦੇ ਅੰਦਰ, ਜਿਹਦੇ ਵਿੱਚ ਆਪਾਂ ਲਾਸਟ ਟਾਈਮ ਤੋਂ ਕਾਫੀ ਸਾਰੇ ਕੁਐਸਚਨਸ ਦੀ ਪ੍ਰੈਕਟਿਸ ਕੀਤੀ ਐਜ਼ ਪਰ ਡਿਟੇਲ, ਜਿਵੇਂ ਜਿਵੇਂ ਤੁਹਾਨੂੰ ਵੀਡੀਓਜ਼ ਮਿਲ ਰਹੀਆਂ, ਜਿਵੇਂ ਕਿ ਕੱਲ੍ਹ ਇੱਕ ਵੀਡੀਓ ਤੁਹਾਡੇ ਲਈ ਆ ਜਾਏਗੀ, ਫਿਰ ਇਹ ਨੈਕਸਟ ਸਟੈਪ ਬਾਏ ਸਟੈਪ ਤੁਸੀਂ ਉਹਨੂੰ ਪ੍ਰੈਕਟਿਸ ਕਰ ਰਹੇ ਹੋ। ਜਿਵੇਂ ਕਿ ਨਵੇਂ ਯੂਜ਼ਰਸ ਸਾਡੇ ਨਾਲ ਜੁੜ ਰਹੇ ਨੇ, ਉਸ ਨਵੇਂ ਯੂਜ਼ਰਸ ਦੀ ਪ੍ਰੈਕਟਿਸ ਦੇ ਨਾਲ ਜਿਹੜੀ ਇੱਕ ਸੈਲਫ ਅਸੈਸਮੈਂਟ ਸ਼ੀਟ ਹੈ, ਬਹੁਤ ਸਾਰੇ ਬੱਚਿਆਂ ਨੂੰ ਬੈਨੀਫਿਟ ਮਿਲਿਆ, ਜੋ ਕਿ ਬੱਚਿਆਂ ਦੇ ਕਮੈਂਟ ਇਸ ਤਰੀਕੇ ਨਾਲ, ਬਹੁਤ ਸਾਰੇ ਬੱਚਿਆਂ ਦੇ ਰਿਵਿਊ ਇਸ ਤਰੀਕੇ ਨਾਲ ਆਏ ਕਿ 1-30 ਤੱਕ ਜਦੋਂ ਪ੍ਰੈਕਟਿਸ ਕੀਤੀ ਉਹਨਾਂ ਨੂੰ ਇਸ ਗੱਲ ਦਾ ਆਈਡੀਆ ਹੋਇਆ ਕਿ ਕਿੱਥੇ ਕਿੱਥੇ ਉਹ ਗਲਤੀ ਕਰ ਰਹੇ ਸੀ, ਕਿਸ ਤਰੀਕੇ ਨਾਲ ਉਹ ਐਗਜ਼ਾਮ ਨੂੰ ਕੁਆਲੀਫਾਈ ਕਰ ਸਕਦੇ ਆ। ਅੱਜ ਵੀ ਇੱਕ ਟੋਟਲ 30 ਸੈਟਸ ਦਾ ਇੱਕ ਕੁਸ਼ਚਨ ਹੈ, ਇਹ ਪੂਰਾ ਬਣਾਇਆ ਹੋਇਆ ਜਿਹੜਾ ਇੱਕ ਸੈੱਟ ਹੈ, ਉਹਦੇ ਵੀ 30 ਕੁਐਸਚਨਸ ਹੋਣਗੇ, ਉਹਨਾਂ ਨੂੰ ਵੀ ਆਪਾਂ 20-25 ਮਿੰਟ ਦੇ ਸੈਸ਼ਨ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ। ਬਟ ਪਹਿਲਾਂ ਆਪਾਂ ਜ਼ਿਆਦਾ ਥੋੜ੍ਹਾ ਟਾਈਮ ਇਨਵੈਸਟ ਕੀਤਾ ਉਹਦੇ ਵਿੱਚ, ਸੋ ਦੈਟ ਕਿ ਤੁਸੀਂ ਉਹਨੂੰ ਐਕਸਪਲੇਨੇਸ਼ਨ ਨੂੰ ਸਮਝ ਪਾਓ। ਬਟ ਆਪਾਂ ਇਹ ਸਾਰੇ ਪ੍ਰੈਕਟਿਸ ਨੂੰ ਫਾਸਟ ਸਟੇਜ 'ਤੇ ਕਰਾਂਗੇ, ਕਿਉਂਕਿ ਤੁਹਾਨੂੰ ਗੱਲ ਦੱਸੀ ਗਈ ਸੀ ਮੇਰੇ ਦੁਆਰਾ ਕਿ ਜਦੋਂ ਆਪਾਂ ਸਮਾਂ ਘਟਾਵਾਂਗੇ ਤਾਂ ਹੀ ਆਪਾਂ ਐਗਜ਼ਾਮ ਨੂੰ ਕੁਆਲੀਫਾਈ ਕਰ ਪਾਵਾਂਗੇ। ਜੇ ਆਪਾਂ ਹੁਣ ਐਗਜ਼ਾਮ ਨੂੰ ਹੀ ਬਹੁਤ ਸਲੋਲੀ ਸਟੈਡਲੀ ਕੁਐਸਚਨਸ ਦੀ ਪ੍ਰੈਕਟਿਸ ਕਰਾਂਗੇ ਤਾਂ ਫਿਰ ਆਪਣੀ ਜਿਹੜੀ ਸਪੀਡ ਹੈ ਉਹ ਖਰਾਬ ਹੋ ਜਾਏਗੀ, ਇੰਟੈਲੀਜੈਂਸੀ ਜਾਂ ਜੋ ਸਮਝ ਹੈ ਉਹਦਾ ਫਿਰ ਕੋਈ ਵੈਲਿਊ ਨਹੀਂ ਰਹਿਣੀ, ਉਹ ਨਾ ਉਹਦੇ ਵਿੱਚ ਕਾਊਂਟ ਹੋਵੇ ਨਾ ਉਹ ਇਨਕਲਕੇਟ ਹੋਵੇ। ਹਾਂਜੀ, ਫਸਟ ਕੁਐਸਚਨ ਹੈ ਜੀ, ਮੋਰਲ ਡਿਵੈਲਪਮੈਂਟ ਦਾ ਕੁਐਸਚਨ ਹੈ ਜੀ, ਲਾਰੈਂਸ ਕੋਲਬਰਗ ਦਾ। ਪਰ ਪਹਿਲਾਂ ਜਿੰਨੀਆਂ ਵੀ ਵੀਡੀਓ ਸੀ ਉਹਦੇ ਵਿੱਚ ਮੈਂ ਪੂਰਾ ਕੁਐਸਚਨ ਰੀਡ ਕੀਤਾ, ਫਿਰ ਤੁਹਾਨੂੰ ਸਟੇਜੀ ਸਮਝਾਈਆਂ, ਹੁਣ ਤੁਸੀਂ ਇਹ ਪਰਸਨਲ ਪ੍ਰੈਕਟਿਸ ਤੋਂ ਕਰਨਾ, ਯਾਨੀ ਕਿ ਇਹ ਆਪਣਾ ਰਾਊਂਡ 2 ਹੈ ਜੀ। ਰਾਊਂਡ 1 ਦੇ ਅੰਦਰ ਆਪਾਂ ਪ੍ਰੋਪਰ ਸਲੋਲੀ ਸਟੈਡਲੀ ਇਹਨੂੰ ਚੱਲਿਆ ਤਾਂ ਤੁਸੀਂ ਉਹਨੂੰ ਸਾਰਿਆਂ ਨੂੰ ਸਮਝਿਆ, ਇੰਪਰੂਵ ਕੀਤਾ। ਹੁਣ ਤੁਸੀਂ ਫਾਸਟਲੀ ਅਤੇ ਫਿਊਰੀਅਸਲੀ ਇਹਨੂੰ ਤਰੀਕੇ ਨਾਲ ਅੰਪਰਾਉਣਾ ਹੈ। ਮੋਰਲ ਡਿਵੈਲਪਮੈਂਟ ਲਾਰੈਂਸ ਕੋਲਬਰਗ ਨੇ ਕਿਹੜੀ ਸਟੇਜ ਸੀ, ਇੰਡਸਟਰੀ ਇਨਫੋਰਿਟੀ ਐਰਿਕ ਰਿਕਸਨ ਦੇ ਨਾਲ ਜੁੜੀ ਹੋਈ ਸੀ, ਜਿਵੇਂ ਕੰਕਰੀਟ ਓਪਰੇਸ਼ਨਲ ਆਪਣੀ ਜੀਨ ਪਿਆਜੇਟ ਨਾਲ ਜੁੜੀ ਹੋਈ ਸੀਗੀ। ਲਿਟੈਂਸੀ ਸਟੇਜ ਜਿਹੜਾ ਆਪਾਂ ਸ਼ਾਰਟਕੱਟ ਕੀਤਾ ਸੀ ਓ ਏ ਪੀ ਐਲ ਜੀ, ਇਹ ਤਾਂ ਆਪਾਂ ਸ਼ਾਰਟਕੱਟ ਵੀ ਤੁਹਾਨੂੰ ਦੱਸਿਆ ਕਿ ਉਸ ਸਮੇਂ ਲਿਊਟੈਂਟ ਗਵਰਨਰ ਸੀ, ਜਿਵੇਂ ਚੰਡੀਗੜ੍ਹ ਦੇ ਉਹਨਾਂ ਨੇ ਰਿਜ਼ਾਈਨ ਦਿੱਤਾ ਕੁਛ ਪਰਸਨਲ ਰੀਜ਼ਨਸ ਕਰਕੇ, ਜਿਵੇਂ ਉਹ ਆਮ ਆਦਮੀ ਪਾਰਟੀ ਲਿਊਟੈਂਟ ਗਵਰਨਰ ਕੋਈ ਡਿਸਪਿਊਟ ਸੀ, ਤਾਂ ਇਸ ਤਰੀਕੇ ਨਾਲ ਆਪਾਂ ਸ਼ਾਰਟਕੱਟਸ ਨੂੰ ਸਮਝਿਆ। ਇਹ ਐਲ ਉਹਦਾ ਪਾਰਟ ਹੈ, ਤਾਂ ਆਪਣੇ ਕੋਲ ਜਿਹੜਾ ਵੀ ਇੱਕ ਆਪਸ਼ਨ ਆਪਣੇ ਕੋਲ ਬਚਦੀ ਹੈ ਜੀ, ਆਨਸਰ 2 ਦੀ ਆਪਸ਼ਨ ਬਣਦੀ ਹੈ। ਤਾਂ ਉਮੀਦ ਹੈ ਕਿ ਤੁਹਾਨੂੰ ਇਸ ਤਰੀਕੇ ਨਾਲ ਜਿਹੜਾ ਰਾਊਂਡ 2 ਹੈ ਸਮਝ ਆ ਗਿਆ ਹੋਗਾ, ਇਸ ਤਰੀਕੇ ਨਾਲ ਸਮਝਣਾ। ਨਹੀਂ ਤਾਂ ਕੁਛ ਬੱਚੇ ਲੈ ਸਰ ਇੰਡਸਟਰੀ ਇਨਫੋਰਿਟੀ, ਬਿਲਕੁਲ ਐਰਿਕ ਰਿਕਸਨ ਦੀ ਸਟੇਜਿਸ ਹੈ ਜੀ, ਇਹ ਆਪਾਂ ਕੰਪਲੀਟ ਕੀਤੀਆਂ ਜੀ ਵੀਡੀਓ ਕੋਰਸ ਦੇ ਅੰਦਰ। ਕੰਕਰੀਟ ਓਪਰੇਸ਼ਨਲ ਜੀਨ ਪਿਆਜਟ ਦੇ ਨਾਲ ਜੁੜਿਆ ਹੋਇਆ ਜੀ। ਲਿਟੈਂਸੀ ਸਟੇਜ ਸਿਗਮੰਡ ਫਰੂਡ ਦੀ ਸਾਈਕੋਸੈਕਸ਼ੁਅਲ ਸਟੇਜਿਸ ਆਫ ਡਿਵੈਲਪਮੈਂਟ ਹੈ, ਸਿਗਮੰਡ ਫਰੂਡ ਨੇ ਜਿਹੜੇ ਦਿੱਤੀਆਂ ਸੀਗੀਆਂ ਉਹਦੇ ਰਿਗਾਰਡਿੰਗ ਹੈ। ਇੱਕੋ ਹੀ ਸਟੇਜ ਆਪਣੇ ਕੋਲ ਬਚੀ ਜੀ, ਸੋਸ਼ਲ ਕੰਟਰੈਕਟ ਜਾਂ ਸੋਸ਼ਲ ਕੰਸਟਰਕਟ ਓਰੀਐਂਟੇਸ਼ਨ। ਡਿਊਰਿੰਗ ਕਲਾਸਰੂਮ ਡਿਸਕਸ਼ਨ ਜੀ, ਟੀਚਰ ਦੀ ਜਿਹੜੀ ਅਟੈਂਸ਼ਨ ਹੋਏਗੀ ਬੋਆਇਜ਼ ਦੇ ਨਾਲ ਹੈ ਜ਼ਿਆਦਾ, ਗਰਲਜ਼ ਦੇ ਨਾਲ ਘੱਟ ਹੈ, ਇਹ ਜੈਂਡਰ ਬਾਇਸ ਦੀ ਡੈਫੀਨੇਸ਼ਨ ਹੈ, ਆਈਡੈਂਟੀ ਹੈ, ਰੈਲੀਵੈਂਸ ਹੈ, ਕੋਨਸਟੈਂਸੀ ਹੈ, ਇਹਦੇ ਵੀ ਬਹੁਤ ਸਾਰੀ ਆਪਾਂ ਪ੍ਰੈਕਟਿਸ ਕੀਤੀ। ਤਾਂ ਜੈਂਡਰ ਬਾਇਸ ਦੇ ਰਿਗਾਰਡਿੰਗ ਵੀ ਬਹੁਤ ਸਾਰੇ ਆਪਾਂ ਨੂੰ ਕੁਐਸਚਨਸ ਆ ਚੁੱਕੇ, ਆਪਾਂ ਇਹਦੀ ਪ੍ਰੈਕਟਿਸ ਕਰ ਚੁੱਕੇ ਹਾਂ। ਤੁਸੀਂ ਆਪਦੇ ਨਾਲ ਨਾਲ ਕਾਪੀ ਦੇ ਉੱਪਰ ਏ ਬੀ ਸੀ ਡੀ ਜਾਂ 1-2-3 ਆਪਸ਼ਨ ਲਗਾਉਂਦੇ ਰਹਿਣਾ, ਕਿਉਂਕਿ ਤੁਸੀਂ ਆਪਦੇ ਆਪ ਨੂੰ ਰਾਊਂਡ 2 ਦੇ ਵਿੱਚ ਕਰੈਕਟ ਕਰਨਾ ਹੁਣ ਕਿੰਨਾ ਤੁਸੀਂ ਸਿੱਖ ਪਾਏ। ਹੁਣ ਫਾਸਟ ਐਂਡ ਫਿਊਰੀਅਸਲੀ ਇਹਨੂੰ ਚੱਲਿਆ ਜਾਏਗਾ, ਹੋ ਸਕਦਾ 15 ਮਿੰਟ ਦੇ ਵਿੱਚ ਖਤਮ ਹੋ ਜਾਵੇ, ਹੋ ਸਕਦਾ 20 ਮਿੰਟ ਦੇ ਵਿੱਚ ਖਤਮ ਹੋ ਜਾਵੇ, ਹੋ ਸਕਦਾ ਥੋੜ੍ਹਾ ਜਿਹਾ 1-2 ਮਿੰਟ ਅੱਗੇ ਪਿੱਛੇ ਹੋਵੇ, ਇਹ ਬੜਾ ਆਪਾਂ ਜਲਦੀ ਕਰਾਂਗੇ। ਵਿੱਚ ਆਫ ਫੋਲੋਇੰਗ ਇਜ਼ ਦੀ ਇਫੈਕਟਿਵ ਸਟ੍ਰੈਟਜੀ, ਕਿਹੜੀ ਸਟ੍ਰੈਟਜੀ ਹੋਏਗੀ ਜਿਹੜਾ ਆਪਾਂ ਹੁਣ ਜੈਂਡਰ ਬਾਇਸ ਦੇ ਰਿਗਾਰਡਿੰਗ ਕਰਕੇ ਆਏ ਹਾਂ ਕਿ ਜੈਂਡਰ ਰੋਲ ਕਿਹੜਾ ਹੋਏਗਾ, ਸਟੀਰੋਟਾਈਪਿੰਗ ਥਿੰਕਿੰਗ ਕੀ ਹੈ ਜੀ, ਕਿ ਉਹ ਪੰਜਾਬ ਤੋਂ ਹੈ ਜੀ, ਉਹ ਹਰਿਆਣਾ ਤੋਂ ਹੈ, ਉਹ ਇਸ ਏਰੀਆ ਤੋਂ ਹੈ, ਇਸ ਤਰੀਕੇ ਦੀ ਥਿੰਕਿੰਗ ਕਿਸ ਤਰੀਕੇ ਨਾਲ ਚੱਲੇਗੀ। ਜੈਂਡਰ ਬਾਇਸ ਦੇ ਰਿਗਾਰਡਿੰਗ ਆਪਾਂ ਕਰਾਂਗੇ, ਜੈਂਡਰ ਸਪੈਸੀਫਿਕ ਰੋਲ ਹੋਣਗੇ ਜੀ, ਜਾਂ ਜੈਂਡਰ ਨੂੰ ਆਪਾਂ ਸੈਗਰੀਗੇਟ ਅਲੱਗ ਅਲੱਗ ਗਰੁੱਪਸ ਦੇ ਵਿੱਚ ਵੰਡ ਦਾਂਗੇ, ਜਾਂ ਜੈਂਡਰ ਸੈਗਰੀਗੇਟਡ ਹੋਏਗੀ
ਉਸ ਤਰੀਕੇ ਨਾਲ ਆਪਣਾ ਸਿਟਿੰਗ ਅਰੇਂਜਮੈਂਟ ਹੋਏਗਾ। ਯਾਨੀ ਕਿ ਇੱਕ ਪੁਆਇੰਟ ਤੁਸੀਂ ਹੋਰ ਵੀ ਦੇਖ ਸਕਦੇ ਹੋ, ਆਪਣੇ ਫੋਨ ਦੇ ਅੰਦਰ ਇੱਕ ਡਾਰਕ ਥੀਮ ਹੁੰਦਾ ਜੀ, ਉਹਨੂੰ ਵੀ ਕੁਛ ਲੋਕਾਂ ਨੇ, ਕੁਛ ਸੰਸਥਾਵਾਂ ਨੇ ਇਸ ਨੂੰ ਡਿਸਕ੍ਰਿਮੀਨੇਸ਼ਨ ਦੇ ਨਾਲ ਜੋੜਤਾ ਕਿ ਵਾਈਟ ਥੀਮ ਨੋਰਮਲ ਹੈ, ਡਾਰਕ ਥੀਮ ਨੂੰ ਉਹਦੇ ਨਾਲ ਐਡ ਔਨ ਕਰਤਾ। ਜਦਕਿ ਡਾਰਕ ਥੀਮ ਕੰਪਨੀ ਨੇ ਇਸ ਕਰਕੇ ਦਿੱਤਾ ਕਿ ਆਈਜ਼ ਨੂੰ ਜਦੋਂ ਥੋੜ੍ਹਾ ਸਟ੍ਰੈਸ ਜਾਂ ਹਨੇਰਾ ਲੱਗੇਗਾ ਤਾਂ ਆਪਾਂ ਰੈਸਟ ਦੇ ਵਿੱਚ ਜਾ ਸਕਦੇ ਹਾਂ, ਤਾਂ ਆਪਾਂ ਫੋਨ ਤੋਂ ਆਪਦੀ ਜਿਹੜੀ ਨਿਗਾਹ ਸਾਈਡ 'ਤੇ ਕਰ ਸਕਦੇ ਹਾਂ, ਰੈਸਟ ਕਰ ਸਕਦੇ ਹਾਂ। ਤਾਂ ਇਸ ਤਰੀਕੇ ਜਿਹੜੀ ਡਿਸਕਸ਼ਨ ਹੈ ਉਹ ਆਪਣੀ ਇਸ ਪਾਰਟ ਦੇ ਅੰਦਰ ਰਹੇਗੀ, ਜਿਹਦੇ ਵਿੱਚ ਆਪਾਂ ਜੈਂਡਰ ਬਾਇਸ ਦੇ ਰਿਗਾਰਡਿੰਗ ਗੱਲ ਕਰਾਂਗੇ ਕਿ ਹਾਂ ਉਸ ਪਾਰਟ ਲਈ ਜ਼ਿਆਦਾ ਰੋਲ ਪਲੇ ਹੁੰਦਾ ਹੈ, ਜੈਂਡਰ ਸਟੀਰੋਟਾਈਪਿੰਗ ਐਂਡ ਜੈਂਡਰ ਰੋਲ ਕਨਫਰਮਿਟੀ। ਵਾਈਲ ਵਰਕਿੰਗ ਜਿਗਸੋ ਪਜ਼ਲ ਸੀਗਾ ਜੀ, ਫਾਈਲ ਡੋਰ ਨਜ਼ਮਾ ਸੇਸ ਟੂ ਹਰਸਲ ਆਪਣੇ ਆਪ ਨੂੰ ਕਹਿ ਰਿਹਾ ਕਿ ਵੇਅਰ ਇਜ਼ ਦੀ ਬਲੂ ਪੀਸ, ਜਿਹੜਾ ਬਲੂ ਪੀਸ ਆ ਉਹ ਕਿੱਥੇ ਹੈ ਜੀ, ਡਾਰਕਰ ਵਾਲਾ ਸੀ ਜਾਂ ਫਿਰ ਇਹ ਜਿਹੜੀ ਸਪੀਚ ਹੈ ਲੈ ਵਗੋਸਕੀ ਦਾ ਮਾਡਲ ਸੀਗੀ, ਸੋਸ਼ਲ ਸਪੀਚ ਕੀ ਹੈ, ਪ੍ਰਾਈਵੇਟ ਸਪੀਚ ਕੀ ਹੈ, ਇਨਰ ਸਪੀਚ ਕੀ ਹੈ, ਉਸ ਦੇ ਰਿਗਾਰਡਿੰਗ ਆਪਾਂ ਨੂੰ ਦੱਸਿਆ ਜਾ ਰਿਹਾ। ਹੁਣ ਟਾਕ ਅਲਾਊਡ ਹੈ, ਸਕੈਫੋਲਡਿੰਗ ਹੈ, ਈਗੋਸੈਂਟ੍ਰਿਕ ਸਪੀਚ ਹੈ, ਨੋ ਡਾਊਟ ਈਗੋਸੈਂਟ੍ਰਿਕ ਆਪਾਂ ਜੀਨ ਪੈਜਟ ਦੇ ਇੱਕ ਵਰਡ ਨਾਲ ਕੀਤੀ, ਸਕੈਫੋਲਡਿੰਗ ਆਪਾਂ ਨੇ ਇਹਨਾਂ ਦੇ ਨਾਲ ਹੀ ਸਟੈਪ ਦੇ ਰਿਗਾਰਡਿੰਗ ਕੀਤੀ, ਟਾਕ ਅਲਾਊਡ ਅਲੱਗ ਤਰੀਕੇ ਨਾਲ ਬੋਲਣਾ। ਹੁਣ ਆਪਣੇ ਕੋਲ ਇੱਕੋ ਹੀ ਆਪਸ਼ਨ ਬਚਦਾ ਜੀ, ਦੈਟ ਇਜ਼ ਦੀ ਪ੍ਰਾਈਵੇਟ ਸਪੀਚ, ਕਿ ਬੱਚੇ ਆਪਣੇ ਆਪ ਨਾਲ ਗੱਲ ਕਰਦੇ ਹੈ, ਖਿਲੌਣਾ ਖੇਡਦੇ ਹੈ, ਜਦੋਂ ਆਪਾਂ ਇੱਕਦਮ ਐਂਟਰ ਕਰਦੇ ਹਾਂ ਬੱਚੇ ਚੁੱਪ ਹੋ ਜਾਂ ਜਾਂ ਫਿਰ ਉਹ ਸ਼ਰਮਾ ਜਾਂਦੇ, ਉਹ ਕਹਿੰਦੇ ਕਿ ਕੀ ਕਰਨਾ ਇਸੀ, ਦੈਟ ਵਾਜ਼ ਦੀ ਮੇਨ ਇਸ਼ੂ। ਹੋਪ ਸੋ ਤੁਹਾਨੂੰ ਚਾਰ ਦੇ ਚਾਰੇ ਸਮਝ ਆ ਗਏ ਹੋਣਗੇ ਜੀ। ਫਿਫਥ ਕੁਐਸਚਨ ਦੇ ਉੱਪਰ ਆਪਾਂ ਚੱਲਦੇ ਹਾਂ, ਜੇ ਕੁਛ ਬੱਚਿਆਂ ਨੂੰ ਆਪਾਂ ਕੁਛ ਕਲਿਊਜ਼ ਦੇ ਰਹੇ ਹਾਂ, ਕੁਛ ਗਾਈਡੈਂਸ ਦੇ ਰਹੇ ਹਾਂ, ਸਪੋਰਟ ਦੇ ਰਹੇ, ਜਦੋਂ ਉਹਨੂੰ ਨੀਡ ਹੈ ਕੀ ਹੋ ਸਕਦਾ। ਰੀਇਨਫੋਰਸਮੈਂਟ ਦਾ ਮਤਲਬ ਹੁੰਦਾ ਜੀ ਸਟਰੋਂਗ ਕਰਨਾ, ਜਿਨ੍ਹਾਂ ਬੱਚਿਆਂ ਨੇ ਪਹਿਲਾਂ ਕਲਾਸਾਂ ਲਗਾਈਆਂ, ਇਹਦਾ ਮਤਲਬ ਹੈਗਾ ਜੀ ਆਪਣੇ ਕੋਲ ਸਾਰੀਆਂ ਚੀਜ਼ਾਂ ਨੂੰ ਸਟਰੋਂਗ ਕਰਨਾ। ਦੈਨ ਕੰਡੀਸ਼ਨਿੰਗ ਪੈਵਲੋਵ ਦੇ ਰਿਗਾਰਡਿੰਗ ਹੈ ਜੀ, ਮਾਡਲਿੰਗ ਅਕੋਮੋਡੇਸ਼ਨ ਅਸਿਮੀਲੇਸ਼ਨ ਦੇ ਰਿਗਾਰਡਿੰਗ, ਆਪਾਂ ਉਸ ਬਿਹੇਵੀਅਰ ਨੂੰ ਮਾਡਲ ਕਰਨਾ ਜਾਂ ਆਪਾਂ ਇਹ ਕਹਿ ਦਿੰਦੇ ਕਲੇ ਟਾਈਪ। ਸਕੈਫੋਲਡਿੰਗ ਹਰਾਰੀਕਲ ਮਾਡਲ ਹੈ, ਸਟੈਪ ਬਾਏ ਸਟੈਪ ਹੈ। ਹੁਣ ਇਹ ਚਾਰੋਂ ਆਪਸ਼ਨ ਨੂੰ ਤੁਸੀਂ ਕੀ ਕਰ ਸਕਦੇ ਹੋ, ਦੇਖ ਸਕਦੇ ਹੋ ਜੀ। ਯੈਸ ਹਾਂਜੀ, ਤਾਂ ਆਪਣੇ ਕੋਲ ਜਿਹੜਾ ਇਹ ਪ੍ਰੋਸੈਸ ਜਿਹੜਾ ਤੁਹਾਨੂੰ ਦੱਸਿਆ ਸਕੈਫੋਲਡਿੰਗ ਦਾ ਪ੍ਰੋਸੈਸ ਹੈ, ਹਰਾਰਕੀ ਵਾਲਾ ਲੈ ਵਗੋਸਕੀ ਦੇ ਪ੍ਰੋਸੈਸ ਦੇ ਵਿੱਚੋਂ ਹੀ ਇਹ ਦਿੱਤਾ ਗਿਆ ਆਪਾਂ। ਦੈਨ ਵਿੱਚ ਆਫ ਦੀ ਫੋਲੋਇੰਗ ਪਿਆਜੇਸ਼ੀਅਨ ਕੰਸਟਰਕਟ ਇਨ ਦੀ ਕੰਟੈਕਸਟ ਆਫ, ਹੁੰਦੀ ਓਬਜ਼ਰਵੇਸ਼ਨ ਲਰਨਿੰਗ ਕੀ ਸੀ ਜੀ, ਕੰਡੀਸ਼ਨਿੰਗ ਕੀ ਸੀ, ਰੀਇਨਫੋਰਸਮੈਂਟ ਬੀ ਐਫ ਸਕਿੰਦਰ ਨਾਲ ਜੁੜੀ ਹੋਈ ਸੀ, ਕਲਾਸੀਕਲ ਕੰਡੀਸ਼ਨਿੰਗ ਸੀ ਜਾਂ ਓਪਰੈਂਡ ਕੰਡੀਸ਼ਨਿੰਗ ਸੀ, ਓਬਜ਼ਰਵੇਸ਼ਨ ਲਰਨਿੰਗ ਐਲਬਰਟ ਬੰਡੂਰਾ ਦੇ ਨਾਲ ਸੀ। ਆਪਣੇ ਕੋਲ ਇੱਕੋ ਹੀ ਬਚ ਗਿਆ ਜੀ ਫਾਸਟ ਐਂਡ ਫਿਊਰੀਅਸ ਮਾਡਲ, ਦੈਟ ਇਜ਼ ਦੀ ਸਕੀਮਾ ਜਾਂ ਫਿਰ ਜੋ ਸ਼ਬਦ ਮੈਂ ਤੁਹਾਡੇ ਨਾਲ ਐਡ ਔਨ ਕੀਤੇ, ਦੈਟ ਇਜ਼ ਦੀ ਅਕੋਮੋਡੇਸ਼ਨ ਐਂਡ ਅਸਿਮੀਲੇਸ਼ਨ। ਤੁਸੀਂ ਆਪਦੇ ਆਪ ਨੂੰ ਇਸ ਤਰੀਕੇ ਨਾਲ ਬਣਾਉਣਾ ਕਿ ਤੁਹਾਨੂੰ ਹਰ ਇੱਕ ਆਪਸ਼ਨ ਦਾ ਪਤਾ ਹੋਵੇ ਕਿ ਕਿਸ ਨੇ ਕਿਆ ਕਿਆ ਦਿੱਤਾ ਹੋਇਆ। ਇਸ ਤਾਂ ਹੀ ਆਪਾਂ ਇਹ ਜਿਹੜਾ ਸੈਕਿੰਡ ਰਾਊਂਡ ਹੈ ਇਹਨੂੰ ਫਾਸਟ ਐਂਡ ਫਿਊਰੀਅਸਲੀ ਕਰ ਰਹੇ ਹਾਂ ਕਿ ਤੁਹਾਨੂੰ ਇਹ ਚੀਜ਼ ਦਾ ਆਈਡੀਆ ਹੋਵੇ ਕਿ ਇਸ ਤਰੀਕੇ ਨਾਲ ਅਚੀਵ ਕਰਨਾ ਹੈ। ਸੈਕਿੰਡ ਦੇ ਵਿੱਚ ਇਹ ਕੁਐਸਚਨ ਹੋਣਾ ਚਾਹੀਦਾ। ਪ੍ਰਾਇਮਰੀ ਓਬਜੈਕਟਿਵ ਆਫ ਅਸੈਸਮੈਂਟ ਕੀ, ਸਾਰਿਆਂ ਨਾਲੋਂ ਪਹਿਲਾ ਓਬਜੈਕਟਿਵ ਜਿਹੜਾ ਅਸੈਸਮੈਂਟ ਦਾ, ਦੋ ਹੀ ਟਾਈਪ ਹੈ ਜਿਵੇਂ ਇਹਨੂੰ ਆਪਾਂ ਅੰਕਲਨ ਕਹਿ ਦਿੰਦੇ ਹਾਂ ਜੀ, ਜਿਹੜਾ ਇਵੈਲੂਏਸ਼ਨ ਹੈ ਮੁਲਾਂਕਣ, ਮੀਨਸ ਕੁਆਂਟੀਟੇਟਿਵ ਟਰਮਸ 'ਤੇ ਚੱਲਦਾ ਹੈ ਜੀ। ਅਸੈਸਮੈਂਟ ਕੀ ਹੁੰਦਾ ਜੀ, ਕੁਆਲੀਟੇਟਿਵ ਜਾਂ ਕੁਆਲਿਟੀ ਵਾਈਜ਼ ਆਪਾਂ ਚੈੱਕ ਕਰਦੇ ਹਾਂ। ਹੁਣ ਤੁਸੀਂ ਜਿਹੜੀ ਇਹਦੀ ਆਪਸ਼ਨ ਹੈ ਉਹਨੂੰ ਉਸ ਤਰੀਕੇ ਨਾਲ ਦੇਖ ਸਕਦੇ ਹੋ, ਅੰਡਰਸਟੈਂਡਿੰਗ ਹੈ, ਲੇਬਲਿੰਗ ਕਿਸੇ ਬੱਚੇ 'ਤੇ ਆਪਾਂ ਲੇਬਲ ਕਰ ਦਿੱਤਾ ਜਾਂ ਪਾਸ ਫੇਲ ਦਾ ਰਿਪੋਰਟ ਕਾਰਡ ਲਗਾਇਆ, ਪੋਜ਼ਿਟਿਵ ਜਾਂ ਨੈਗੇਟਿਵ ਆਪਾਂ ਆਨਸਰ ਦੇਖਣਾ,
ਰੈਂਕ ਹੈ ਜਾਂ ਕਲੈਰਿਟੀ ਕਨਫਿਊਜ਼ਨ ਅਬਾਊਟ ਰਿਲੇਟਡ ਕਨਸੈਪਟ ਹੈ, ਕੁਆਲਿਟੀ ਕਿਹਦੇ ਵਿੱਚ ਆ ਰਹੀ ਹੈ ਜੀ, ਕਿ ਲੇਬਲ ਲਗਾਉਣ ਨਾਲ ਆ ਰਹੀ ਹੈ, ਪਾਸ ਫੇਲ ਨਾਲ ਲਗਾਉਣ ਨਾਲ ਆ ਰਹੀ ਹੈ, ਜਾਂ ਆਪਾਂ ਰੈਂਕਿੰਗ ਦੇ ਰਹੇ ਹਾਂ। ਹੁਣ ਇਹਦੇ ਵਿੱਚ ਤੁਸੀਂ ਖੁਦ ਹੀ ਸੋਚਣਾ ਕਿ ਕਿਹੜਾ ਸਬਜੈਕਟ ਜਿਹੜਾ ਹੈਗਾ ਪੋਜ਼ਿਟਿਵ ਹੈ, ਕਿਹੜਾ ਨੈਗੇਟਿਵ ਹੈ। ਹੁਣ ਜਿਹੜੇ ਆਪਣੇ ਕੋਲ ਆਪਸ਼ਨ ਫਸਟ 3 ਅਤੇ 4 ਹੈ, ਇਹਦੇ ਵਿੱਚ ਆਪਣੇ ਕੋਲ ਕੀ ਆਪਸ਼ਨ ਨੇ ਜੀ, ਇਹ ਸਾਰੀ ਆਪਾਂ ਨੂੰ ਕੁਆਂਟਿਟੀ ਦੱਸ ਰਹੇ ਨੇ, ਮੀਨਸ ਨੰਬਰ ਦੱਸ ਰਹੇ ਨੇ ਜੀ। ਇਹ ਵੀ ਸਕੋਰ ਹੈ, ਇਹ ਵੀ ਰਿਪੋਰਟ ਕਾਰਡ ਹੈ, ਲੇਕਿਨ ਇੱਥੇ ਆਪਾਂ ਬੱਚਿਆਂ ਦਾ ਅੰਕਲਨ ਕਰ ਰਹੇ ਹਾਂ ਜੀ, ਕੁਆਲਿਟੀ ਦੇਖ ਰਹੇ ਹਾਂ, ਕਿਆ ਕਲੈਰਿਟੀ, ਕਿਆ ਕਨਫਿਊਜ਼ਨ ਹੈ। ਹੁਣ ਜਿਹੜਾ ਆਪਣਾ ਰਾਊਂਡ 2 ਹੈ ਜੀ, ਬਾਰ ਬਾਰ ਇਸ ਚੀਜ਼ ਨੂੰ ਮੈਂ ਰਿਪੀਟ ਕਰਾਂਗਾ, ਕਿਉਂਕਿ ਹੁਣ ਆਪਣੇ ਕੋਲ ਦਿਨ ਬਹੁਤ ਘੱਟ ਨੇ। ਅਪ੍ਰੈਲ ਮੰਥ ਹੈਗਾ ਜੀ, 26 ਮਈ ਨੂੰ ਪੇਪਰ ਹੈ, ਜਿਵੇਂ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਕਿ 26 ਮਈ 2024 ਨੂੰ ਆਪਣਾ ਪੇਪਰ ਹੈ ਜੀ, ਜਾਂ ਕੁਝ ਬੱਚਿਆਂ ਦਾ ਜੂਨ ਨੂੰ ਵੀ ਹੈ, ਕਿਉਂਕਿ ਟੀਚਿੰਗ ਐਪਟੀਟਿਊਡ ਆਪਾਂ ਉਸ ਤਰੀਕੇ ਨਾਲ ਕਵਰ ਕਰ ਰਹੇ ਹਾਂ। ਰੂਹੀ ਆਲਵੇਜ਼ ਥਿੰਕਸ ਆਫ ਮਲਟੀਪਲ ਸਲਿਊਸ਼ਨਸ ਓਰੀਜਨਲ ਸਲਿਊਸ਼ਨ ਦੇ ਨਾਲ, ਇਟ ਇਜ਼ ਅ ਡਿਸਪਲੇ ਆਫ ਕਰੈਕਟਰਿਸਟਿਕਸ। ਇਹ ਵੀ ਆਪਾਂ ਬਹੁਤ ਵਾਰ ਡਿਸਕਸ ਕੀਤਾ ਕਿ ਜਿਹੜੀ ਕ੍ਰੀਏਟਿਵ ਥਿੰਕਿੰਗ ਹੁੰਦੀ ਹੈ ਉਹ ਕਿਹਦਾ ਪਾਰਟ ਹੁੰਦੀ ਹੈ, ਡਾਇਵਰਜੈਂਟ ਥਿੰਕਿੰਗ ਦਾ ਪਾਰਟ ਹੁੰਦਾ ਹੈ। ਕਨਵਰਜੈਂਟ ਮੀਨਸ ਇਨਸਾਈਡ, ਡਾਇਵਰਜੈਂਟ ਮੀਨਸ ਆਊਟਸਾਈਡ। ਰਿਜਿਡ ਹੁੰਦਾ ਇੱਕੋ ਚੀਜ਼ 'ਤੇ ਪੱਕੇ ਰਹਿਣਾ, ਜਾਂ ਪਹਿਲਾਂ ਤੋਂ ਬਣਾ ਦਿੱਤੀ ਗਈ ਈਗੋ ਹੁੰਦਾ ਆਪਦੇ ਹਿਸਾਬ ਨਾਲ ਹੀ ਸੋਚਦੇ ਰਹਿਣਾ, ਤਾਂ ਆਪਣੇ ਕੋਲ ਇੱਕੋ ਹੀ ਆਪਸ਼ਨ ਬਚਦੀ ਹੈ ਜੀ, ਡਾਇਵਰਜੈਂਟ ਥਿੰਕਿੰਗ ਦੇ ਹਿਸਾਬ ਨਾਲ ਕ੍ਰੀਏਟਿਵ, ਜਾਂ ਫਿਰ ਆਪਾਂ ਡਾਇਵਰਜੈਂਟ, ਦੋਨੋਂ ਹੀ ਪਾਰਟ ਆ ਸਕਦੇ ਸੀ। ਜਿੰਨੇ ਵੀ ਕੁਐਸਚਨਸ ਦੇ ਵੀਡੀਓਜ਼ ਨੇ, ਮੈਂ ਫਿਰ ਤੁਹਾਨੂੰ ਬਾਰ ਬਾਰ ਐਡਵਾਈਸ ਕਰ ਰਿਹਾ, ਰਿਕੁਐਸਟ ਕਰ ਰਿਹਾ ਕਿ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਿਓ, ਇਹਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕੁਐਸਚਨ ਐਗਜ਼ਾਮ ਦੇ ਵਿੱਚ ਮਿਲਣਗੇ, ਜੋ ਕਮਿੰਗ 1.5 ਮੰਥ ਦੇ ਅੰਦਰ ਤੁਹਾਡਾ ਐਗਜ਼ਾਮ ਹੋਏਗਾ। 9th ਪ੍ਰਾਇਮਰੀ ਕਰੈਕਟਰਿਸਟਿਕਸ ਆਫ ਡਿਸਲੈਕਸੀਆ, ਇਹ ਆਪਣਾ ਡਿਸੇਬਿਲਟੀ ਦੇ ਰਿਗਾਰਡਿੰਗ ਆ ਗਿਆ ਜੀ। ਇਹਦੇ ਵਿੱਚ ਆਪਾਂ ਰਿਚਰਡ ਬ੍ਰੈਂਸਨ ਦੇ ਰਿਗਾਰਡਿੰਗ ਵੀ ਗੱਲ ਕੀਤੀ ਸੀ, ਜੋ ਵਰਜਨ ਏਅਰਲਾਈਨ ਦੇ ਮਾਲਿਕ ਨੇ ਜੀ। ਅਟੈਂਸ਼ਨ ਡੈਫੀਸਿਟ ਹੈ ਜੀ, ADHD ਹੈ, ਜਾਂ ਫਲੈਂਸੀ ਇਨ ਰੀਡਿੰਗ ਹੈ ਜੀ, ਇਨਅਬਿਲਿਟੀ ਟੂ ਰੀਡ ਫਲੂਐਂਟਲੀ ਹੈ, ਫਲੈਂਸਲੀ, ਕਿ ਫਲੈਂਸੀ ਦੇ ਰਿਗਾਰਡਿੰਗ ਥੋੜ੍ਹਾ ਦਿੱਕਤ ਆ ਰਹੀ ਹੈ, ਡਾਇਵਰਜੈਂਟ ਥਿੰਕਿੰਗ, ਅਤੇ ਨਾਲ ਇੱਕ ਪੁਆਇੰਟ ਹੋਰ ਵੀ ਹੈ ਜੀ, ਰੀਡਿੰਗ ਦੇ ਰਿਗਾਰਡਿੰਗ ਹੈ, ਰੈਪੀਟੇਟਿਵ ਲੋਕੋਮੋਟਰ ਐਕਸ਼ਨਸ ਹੈ, ਲੇਕਿਨ ਇੱਕ ਨਹੀਂ ਲਿਖਣਾ ਜਾਂ ਦੇਖ ਨਹੀਂ ਪਾਉਣਾ, ਪਰ ਉਹ ਨਾਲ ਡਾਇਵਰਜੈਂਟ ਥਿੰਕਿੰਗ ਹੈ ਜੀ, ਦੋ ਪੁਆਇੰਟ ਆਪਾਂ ਨੂੰ ਕਨਫਿਊਜ਼ ਕਰ ਰਹੇ ਹੈ। ਜੇ ਆਹ ਵਾਲਾ ਪੁਆਇੰਟ ਨਹੀਂ ਹੁੰਦਾ, ਕਿਉਂਕਿ ਦੋਵੇਂ ਨੈਗੇਟਿਵ ਹੋਣੇ ਚਾਹੀਦੇ ਆ, ਕਿਉਂਕਿ ਡਿਸੇਬਿਲਟੀ ਹੈ, ਡਾਇਵਰਜੈਂਟ ਕ੍ਰੀਏਟਿਵ ਵਾਲੇ ਪਾਸੇ ਚਲਾ ਗਿਆ, ਫਲੈਂਸੀ ਕਾਹਦੇ ਵਿੱਚ ਚਲਾ ਗਿਆ ਕਿ ਉਹ ਕਰ ਸਕਦਾ, ਜਦਕਿ ਰਿਚਰਡ ਬ੍ਰੈਂਸਨ ਜਿਹੜੇ ਸੀਗੇ ਉਹ ਨਹੀਂ ਕਰ ਸਕਦੇ ਸੀ, ਫਿਰ ਵੀ ਉਹ ਬਹੁਤ ਨਵੀਆਂ ਉਚਾਈਆਂ 'ਤੇ ਪਹੁੰਚੇ, ਜ਼ੀਰੋ ਗ੍ਰੈਵਿਟੀ ਦੇ ਵਿੱਚ ਵੀ ਉਹ ਜਾ ਕੇ ਆਏ। ਇਸ ਤਰੀਕੇ ਦੇ ਰਿਕਾਰਡਸ ਉਹਨਾਂ ਨੇ ਬਣਾਏ, ਦੈਟ ਇਜ਼ ਇਨਅਬਿਲਿਟੀ ਟੂ ਰੀਡ ਫਲੂਐਂਟਲੀ, ਮਤਲਬ ਬਹੁਤ ਜਲਦੀ ਤਰੀਕੇ ਨਾਲ ਨਹੀਂ ਪੜ੍ਹ ਪਾਉਣਗੇ ਜੋ ਵੀ ਚੀਜ਼ ਲਿਖੀ ਹੋਏਗੀ। ਇਨਕਲੂਸਿਵ ਐਜੂਕੇਸ਼ਨ ਐਡਵੋਕੇਸੀਜ਼ ਦੀ ਰਾਈਟ ਆਫ ਦੀ ਐਕਟ, ਇਸ ਤਰੀਕੇ ਦੇ ਵੀ ਪ੍ਰਿੰਸੀਪਲ ਤੁਹਾਨੂੰ ਆ ਸਕਦੇ ਹੈ। ਰਾਈਟ ਟੂ ਐਜੂਕੇਸ਼ਨ ਹੈ, NCF ਹੈ, NCFT ਹੈ, NEP ਹੈ, ਇਸ ਤਰੀਕੇ ਜਿਹੜੇ ਬੋਡੀਜ਼ ਹੈ ਜਾਂ ਡਿਜੀਟਲ ਇਨੀਸ਼ੀਏਟਿਵਸ ਹੈ, ਉਹ ਆਪਾਂ ਟੀਚਿੰਗ ਐਪਟੀਟਿਊਡ ਦੇ ਅਲੱਗ ਸੈਕਸ਼ਨ ਦੇ ਵਿੱਚ ਕੀਤੇ ਹੋਏ, ਉਹ ਵੀ ਤੁਸੀਂ ਦੇਖ ਸਕਦੇ ਹੋ। ਬੇਵਰਿਸਟਿਕ ਹੈ ਜੀ, ਸਿੰਪੈਥੈਟਿਕ ਐਟੀਟਿਊਡ ਹੈ, ਰਾਈਟ ਬੇਸਡ ਹਿਊਮਨਿਸਟਿਕ ਅਪਰੋਚ ਹੈ, ਮੇਨ ਸਟ੍ਰੀਮਿੰਗ ਡਿਸੇਬਲਡ ਬਾਈ ਆਫਰਿੰਗ ਦੈਮ ਪ੍ਰਾਇਮਰੀਲੀ ਵੋਕੇਸ਼ਨਲ ਐਜੂਕੇਸ਼ਨ। ਹੁਣ ਇਹ ਦੇਖਣਾ ਕਿ ਡਿਸੇਬਲ ਦੇ ਰਿਗਾਰਡਿੰਗ ਹੈ ਰਾਈਟ, ਜਾਂ ਬੇਵਰਿਸਟਿਕ ਪ੍ਰਿੰਸੀਪਲ ਹੈ, ਜਾਂ ਸਿੰਫਤੀ ਹੈ। ਹੁਣ ਆਪਾਂ ਇਨਕਲੂਸਿਵ ਦੀ ਗੱਲ ਕਰਦੇ ਹਾਂ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਭੇਦਭਾਵ ਨਹੀਂ ਹੋਣਾ ਚਾਹੀਦਾ, ਤਾਂ ਆਪਣੇ ਕੋਲ ਕੀ ਹੈ ਜੀ, ਇੱਕ ਅੱਛੀ ਇਨਸਾਨੀਅਤ ਨਾਲ ਚੱਲਾਂਗੇ, ਕਿਉਂਕਿ ਇਕੱਲਾ ਡਿਸੇਬਲ ਨਾਲ ਵੀ ਨਹੀਂ ਹੈਗਾ ਜੀ, ਇਕੱਲੇ ਪ੍ਰਿੰਸੀਪਲ ਵੀ ਨਹੀਂ ਹੈਗੇ, ਅਤੇ ਮੇਨ ਸਟ੍ਰੀਮਿੰਗ ਕਦੇ ਵੀ ਨਹੀਂ ਹੋਏਗੀ, ਕਿਉਂਕਿ ਉਹਦੇ ਵਿੱਚ ਸਿਰਫ ਇੱਕੋ ਚੀਜ਼ ਨੂੰ ਫੋਕਸ ਕੀਤਾ ਗਿਆ। ਆਪਾਂ ਹੋਰ ਬਹੁਤ ਸਾਰਿਆਂ ਨੂੰ, ਵਿਜੂਅਲ ਇੰਪੇਅਰਮੈਂਟ, ਬਹੁਤ ਸਾਰੀਆਂ ਚੀਜ਼ਾਂ ਨੂੰ ਕਵਰ ਕਰਨਾ ਹੈ ਇੱਕ ਅੱਛੀ ਨੀਤ ਦੇ ਨਾਲ। 1/3 ਪਾਰਟ ਆਪਾਂ ਕਵਰ ਕਰ ਚੁੱਕੇ ਹਾਂ ਜੀ, 11th 'ਤੇ ਚੱਲਦੇ ਹਾਂ ਜੀ। ਨੇਵ ਥਿਊਰੀਜ਼ ਦਾ ਚਿਲਡਰਨ ਕੰਸਟਰਕਟ ਅਬਾਊਟ, ਵੀ ਆਪਣੇ ਆਪ ਬਣਾਉਣਾ ਕਿ ਇਗਨੋਰ ਕਰਨੀਆਂ ਚਾਹੀਦੀਆਂ, ਪਨਿਸ਼ ਕਰਨਾ ਚਾਹੀਦਾ, ਜਾਂ ਕੋਈ ਕੁਰੈਕਟ ਪ੍ਰੋਸੈਸ ਅਪਣਾਉਣਾ ਚਾਹੀਦਾ, ਜਾਂ ਕੁਝ ਪ੍ਰੈਜੈਂਟ ਕਰਕੇ ਐਵੀਡੈਂਸ ਉਹਨਾਂ ਨੂੰ ਜਾਂ ਐਗਜ਼ਾਮਪਲ ਦੇ ਦੇਣੀ ਚਾਹੀਦੀ ਹੈ।
ਤਾਂ ਆਪਾਂ ਕੀ ਕਰਨਾ ਜੀ, ਬੱਚਿਆਂ ਨੂੰ ਬਾਏ ਪ੍ਰੈਜੈਂਟਿੰਗ ਕਾਊਂਟਰ ਐਵੀਡੈਂਸ ਐਂਡ ਐਗਜ਼ਾਮਪਲ, ਜਿਹੜਾ ਕਿ ਆਪਣਾ ਇੰਡਕਟਿਵ ਡਿਡਕਟਿਵ ਦਾ ਪਾਰਟ ਹੈ ਜੀ, ਇੰਡਕਟਿਵ ਜਾਂ ਡਿਡਕਟਿਵ ਦਾ ਪਾਰਟ ਹੈ। ਇੰਡਕਟਿਵ ਮੀਨਸ ਨਿਊਟਨ ਵਾਲਾ ਮੈਥਡ ਸੀ, ਕਲਾਸ ਦੇ ਵਿੱਚ ਬਹੁਤ ਵਾਰ ਰਿਪੀਟ ਕੀਤਾ ਜੀ ਆਫਲਾਈਨ ਸੈਸ਼ਨ ਦੇ ਅੰਦਰ, ਜਿਹਦੇ ਵਿੱਚ ਨਿਊਟਨ ਨੇ ਇੱਕ ਪ੍ਰੋਸੈਸ ਕੀਤਾ, ਬਾਕੀ ਜਗ੍ਹਾ ਜਾ ਕੇ ਦੇਖਿਆ। ਡਿਡਕਟਿਵ ਹੁੰਦਾ 2+2=4, ਬਾਅਦ ਵਿੱਚ ਥਿਊਰਮ ਨੂੰ ਆਪਾਂ ਦੇਖਦੇ ਹਾਂ ਕਿ ਕੀ ਥਿਊਰਮ ਬਣਦੀ ਸੀ। ਸ਼ੁੱਡ ਬੀ ਚੈਲੇਂਜਡ ਬਾਏ ਪ੍ਰਜੈਂਟਿੰਗ ਕਾਊਂਟਰ ਐਵੀਡੈਂਸ, ਅਤੇ ਨਾਲ ਐਗਜ਼ਾਮਪਲ ਉਹਨਾਂ ਨੂੰ ਦੇਣੀ ਚਾਹੀਦੀ ਹੈ। ਕੋਈ ਪਨਿਸ਼ ਨਹੀਂ ਕਰਨਾ, ਕੋਈ ਇਗਨੋਰ ਨਹੀਂ ਕਰਨਾ, ਕਿਉਂਕਿ ਬੱਚੇ ਦੀ ਜਿਹੜੀ ਥਿੰਕਿੰਗ ਹੈ, ਬੱਚੇ ਦੀ ਸੋਚ ਹੈ, ਉਹ ਰਿਟਾਇਰਡ ਹੋ ਸਕਦੀ ਹੈ, ਫਿਰ ਉਹ ਅੱਗੇ ਕੰਮ ਨਹੀਂ ਕਰਨਾ ਚਾਹੇਗਾ। ਚਾਈਲਡ ਸੈਂਟਰਡ, ਵੀ ਚਾਈਲਡ ਦੇ ਹਿਸਾਬ ਨਾਲ ਚੱਲਣਾ, ਪੈਡਾਗੋਗੀ ਕੀ ਰਹੇਗੀ ਜੀ। ਰਿਲਾਇੰਸ ਔਨ ਟੈਕਸਟ ਬੁੱਕ, ਹੁਣ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਟੈਕਸਟ ਬੁੱਕ ਵਾਲਾ ਵਰਡ ਹਮੇਸ਼ਾ ਹੀ ਮਾਈਨਸ ਕਰਨਾ ਹੈ ਜੀ। ਪ੍ਰਾਈਮੇਸੀ ਟੂ ਚਿਲਡਰਨਸ ਐਕਸਪੀਰੀਅੰਸ, ਚਾਈਲਡ ਦੇ ਹਿਸਾਬ ਨਾਲ ਹੈ, ਰੋਟ ਮੈਮਰਾਈਜੇਸ਼ਨ ਆਪਾਂ ਨਹੀਂ ਕਰਦੇ, ਲੇਬਲ ਕੈਟੇਗਰਾਈਜੇਸ਼ਨ ਵੀ ਆਪਾਂ ਬੱਚੇ ਦੇ ਹਿਸਾਬ ਨਾਲ। ਇਹ ਦੋ ਆਪਸ਼ਨਾਂ ਦੇ ਵਿੱਚ ਤੁਸੀਂ ਦੇਖਣਾ ਕਿ ਪ੍ਰਾਈਮੇਸੀ ਦੇਣੀ ਹੈ, ਪ੍ਰਾਈਮਰੀ ਬੱਚੇ ਦੇ ਜਿਹੜੇ ਐਕਸਪੀਰੀਅੰਸ ਹੈ, ਬੱਚੇ ਜਿਹੜੇ ਬਿਲੀਫ ਨੇ, ਜਾਂ ਆਪਾਂ ਲੇਬਲ ਕਰ ਲਾਂਗੇ ਜਾਂ ਉਹਨਾਂ ਨੂੰ ਕੈਟਾਗਰਾਈਜ਼ ਕਰ ਦਾਂਗੇ ਕਿ ਆਹ ਇੱਧਰ ਬੈਠੂਗਾ, ਇੱਧਰ ਬੈਠੂਗਾ। ਹੁਣ ਤੁਸੀਂ ਦੂਸਰੇ ਅਤੇ ਚੌਥੇ ਆਪਸ਼ਨ 'ਚੋਂ ਦੇਖ ਲਓ ਕਿ ਕਿਹੜੀ ਆਪਣੇ ਕੋਲ ਆਪਸ਼ਨ ਰਹੇਗੀ। ਲੇਬਲਿੰਗ ਜਿਹੜਾ ਵਰਡ ਅਗੇਨ ਕੀ ਹੈ ਜੀ, ਤਾਂ ਹੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਹਿੰਟ ਦਿੱਤਾ ਕਿ ਆਪਾਂ ਕੈਟਾਗਰਾਈਜੇਸ਼ਨ ਨਹੀਂ ਕਰ ਸਕਦੇ, ਆਪਾਂ ਉਵੇਂ ਯੂਨੀਫਾਰਮਿਟੀ ਦੇ ਨਾਲ ਡਾਇਵਰਸਿਟੀ ਦੀ ਰਿਸਪੈਕਟ ਕਰਕੇ ਹੀ ਟੀਚ ਕਰਾਂਗੇ। ਆਪਾਂ ਕਲੀਅਰ ਐਗਜ਼ਾਮਪਲ ਦੇ ਰਹੇ ਹਾਂ ਜੀ, ਵਿਦ ਕਲੀਅਰ ਐਗਜ਼ਾਮਪਲ ਐਂਡ ਨੋਨ ਐਗਜ਼ਾਮਪਲ ਇਫੈਕਟਿਵ ਵੇ ਹੈ ਜੀ। ਕੋਈ ਕਨਫਿਊਜ਼ਨ ਕ੍ਰੀਏਟ ਕਰ ਸਕਦਾ, ਕੁਛ ਗੈਪ ਕ੍ਰੀਏਟ ਕਰ ਸਕਦਾ। ਪ੍ਰਜੈਂਟਿੰਗ ਸਟੂਡੈਂਟ ਵਿਦ ਕਲੀਅਰ ਐਗਜ਼ਾਮਪਲ ਐਂਡ ਨੋਨ ਐਗਜ਼ਾਮਪਲਸ, ਮਤਲਬ ਕਈ ਵਾਰ ਬਿਲਕੁਲ ਸੇਮ ਹੁੰਦਾ, ਉਹੀ ਕਾਪੀ ਕਰਕੇ ਦੱਸਦਾ ਜਾਂ ਕੁਛ ਨਵਾਂ ਕ੍ਰੀਏਟ ਕਰਕੇ ਦੱਸਦਾ। ਫੋਕਸ ਔਨ ਪ੍ਰੋਸੀਜਰਲ ਨੌਲੇਜ ਰਾਦਰ ਦੈਨ ਦੀ ਕਨਸੈਪਚੁਅਲ ਅੰਡਰਸਟੈਂਡਿੰਗ। ਹੁਣ ਆਪਾਂ ਪ੍ਰੋਸੀਜਰ ਦੇ ਉੱਪਰ ਫੋਲੋ ਕਰਾਂਗੇ ਜਾਂ ਕਨਸੈਪਟ ਦੇ ਰਿਗਾਰਡਿੰਗ ਕਰਾਂਗੇ। ਇਹ ਜਿਹੜਾ ਆਪਣੇ ਕੋਲ ਕੁਐਸਚਨ ਹੈ, ਇਹ ਕਾਹਦਾ ਜੀ, ਮੈਮਰੀ ਅੰਡਰਸਟੈਂਡਿੰਗ ਰਿਫਲੈਕਟਿਵ ਜਾਂ ਫਿਰ ਪੈਡਾਗੋਗੀ ਐਂਡਰਾਗੋਗੀ ਹਿਊਟਾਗੋਗੀ, ਇਸ ਦੇ ਹਿਸਾਬ ਨਾਲ ਆਪਾਂ ਚੱਲਣਾ ਜੀ। ਇਹਦੇ ਵਿੱਚ ਆਪਣੇ ਕੋਲ ਕਿਹੜਾ ਆ ਗਿਆ ਜੀ, ਇੱਕ ਬਹੁਤ ਵਧੀਆ ਤਰੀਕਾ ਜੀ ਕਿ ਆਪਾਂ ਕਨਸੈਪਟ ਦੇ ਰਿਗਾਰਡਿੰਗ ਆਪਾਂ ਬੱਚਿਆਂ ਨੂੰ ਸਮਝਾ ਸਕਦੇ, ਜਿਵੇਂ ਕਿ ਆਪਾਂ ਕਲਾਸ ਦੇ ਵਿੱਚ ਕੀਤਾ ਮੈਸਲੋ ਨੀਡ ਹਾਇਰਾਰਕੀ ਥਿਊਰੀ, ਸੈਲਿੰਗ ਸੈਲਿੰਗ ਪ੍ਰਾਈਸ, ਬਹੁਤ ਸਾਰੇ ਡਿਫਰੈਂਟ ਡਿਫਰੈਂਟ ਸ਼ਾਰਟਕੱਟਸ ਨਾਲ, ਐਗਜ਼ਾਮਪਲਸ ਨਾਲ ਆਪਾਂ ਉਹਨਾਂ ਨੂੰ ਸਮਝਿਆ ਜਿਨ੍ਹਾਂ ਨੇ ਔਫਲਾਈਨ ਸੈਸ਼ਨ ਅਟੈਂਡ ਕੀਤਾ, ਜਾਂ ਫਿਰ ਔਨਲਾਈਨ ਤੁਸੀਂ ਇੱਥੇ ਵੀ ਸਮਝਿਆ ਹੋਏਗਾ ਜਾਂ ਫਿਰ ਐਪ ਦੇ ਰਿਗਾਰਡਿੰਗ ਇਹਨੂੰ ਸਮਝਿਆ ਹੋਏਗਾ। 13 ਰਾਊਂਡ 2 ਹੈ ਜੀ ਆਪਣਾ ਇਹ। ਰਿਪੀਟਡਲੀ ਚਾਈਲਡ ਆਸ ਟੂ ਇੰਗੇਜ ਇਨ ਲਰਨਿੰਗ ਐਕਟੀਵਿਟੀਜ਼ ਆਈਦਰ ਟੂ ਅਵਾਰਡ ਪਨਿਸ਼ਮੈਂਟ ਔਰ ਟੂ ਗੇਨ ਏ ਰਿਵਾਰਡ, ਜਦ ਆਪ ਬੱਚੇ ਨੂੰ ਇਹ ਕਹਿ ਰਹੇ ਹਾਂ। ਹਾਂਜੀ, ਹੁਣ ਜਿਹੜੀ ਮੋਟੀਵੇਸ਼ਨ ਸੀ ਐਕਸਟ੍ਰਿੰਸਿਕ ਕੀ ਸੀਗੀ ਜੀ, ਬਾਹਰ ਵਾਲੀ ਮੋਟੀਵੇਸ਼ਨ ਸੀ, ਆਊਟ ਵਾਲੀ ਇਹ ਅੰਦਰ ਵਾਲੀ ਮੋਟੀਵੇਸ਼ਨ ਸੀ। ਰਿਪੀਟਡਲੀ ਆਸਕਿੰਗ ਚਿਲਡਰਨ ਟੂ ਇੰਗੇਜ ਇਨ ਲਰਨਿੰਗ ਐਕਟੀਵਿਟੀਜ਼ ਆਈਦਰ ਟੂ, ਕਿ ਆਪਾਂ ਨੂੰ ਇਹ ਕਹਿ ਰਹੇ ਹਾਂ ਕਿ ਪਨਿਸ਼ਮੈਂਟ ਤੋਂ ਬਚ ਜੀ ਜਾਂ ਫਿਰ ਰਿਵਾਰਡ ਲੈ ਲਈ। ਆਪਾਂ ਟੀਚਰ ਕਹਿ ਰਿਹਾ, ਦੱਸ ਰਿਹਾ, ਹੁਣ ਆਪਾਂ ਤੁਹਾਨੂੰ ਕੀ ਕਹਿ ਰਹੇ ਹਾਂ ਜੀ, ਕੁਐਸਚਨ ਦੀ ਪ੍ਰੈਕਟਿਸ ਕਰ ਲਓ, ਇੱਦਾਂ ਦੇ ਕੁਐਸਚਨ ਹੀ ਆਉਣਗੇ, ਤੁਸੀਂ ਵੱਧ ਨੰਬਰ ਲੈ ਲਓਗੇ, ਰਿਵਾਰਡ ਤੁਹਾਨੂੰ ਐਜ਼ ਏ ਕੁਆਲੀਫਿਕੇਸ਼ਨ ਦੇ ਨਾਲ ਮਿਲੇਗਾ। ਪੇਰੈਂਟਸ ਦੇ ਇੱਕ ਚਿਹਰੇ 'ਤੇ ਵੀ ਬੜੀ ਖੁਸ਼ੀ, ਜੋ ਆਸੇ ਪਾਸੇ ਤੁਹਾਡਾ ਪੀਅਰ ਗਰੁੱਪ ਹੈ ਉਹਨਾਂ ਨੂੰ ਵੀ ਕਾਫੀ ਚੀਜ਼ਾਂ ਜਿਹੜੀ ਖੁਸ਼ੀ ਹੈ ਉਹ ਮਹਿਸੂਸ ਹੋਏਗੀ। ਵੁੱਡ ਇਨਕਰੇਜ ਚਿਲਡਰਨ ਟੂ ਫੋਕਸ ਔਨ ਮਾਸਟਰੀ ਰੈਦਰ ਦੈਨ ਦੀ ਪਰਫੋਰਮੈਂਸ ਆਫ ਦੀ ਗੋਲਸ, ਕਿ ਗੋਲਸ ਨਹੀਂ ਪੂਰੇ ਹੋਣਗੇ ਬਟ ਆਪਾਂ ਰਿਵਾਰਡ ਦੀ ਗੱਲ ਕਰ ਰਹੇ ਹਾਂ। ਨੈਚੁਰਲ ਇੰਟਰਸਟ ਹੈ ਜਾਂ ਕਰੋਸਿਟੀ ਹੈ ਕਿਹੜੀ ਲਰਨਿੰਗ ਦੇ ਨਾਲ ਹੋ ਰਹੀ ਹੈ। ਜੇ ਆਪਾਂ ਪਨਿਸ਼ਮੈਂਟ ਦੇ ਰਹੇ ਹਾਂ ਉਹਦੇ ਨਾਲ ਬੱਚਾ ਜਿਹੜਾ ਇੰਟਰਸਟ ਹੈ ਉਹ ਘੱਟ ਜਾਏਗਾ, ਉਹ ਸਿਰਫ ਇਕੱਲੀ ਲਰਨਿੰਗ ਕਿ ਆਪਾਂ ਰਿਵਾਰਡ ਲੈ ਕੇ ਭੱਜਿਆ। ਆਈਦਰ ਟੂ ਅਵਾਰਡ ਪਨਿਸ਼ਮੈਂਟ ਔਰ ਗੇਨ ਰਿਵਾਰਡ, ਕਿ ਬਸ ਇਕੱਲਾ ਅਵਾਰਡ ਲੈਣਾ, ਆਪਾਂ ਸਟੇਜ 'ਤੇ ਗਏ, ਪਾਰਟੀਸਪੇਟ ਕੀਤਾ, ਸਰਟੀਫਿਕੇਟ ਲੈ ਕੇ ਆ ਗਏ। ਦਿਸ ਇਜ਼ ਵਾਟ ਹੀ ਇਜ਼ ਟਾਕਿੰਗ।
ਨਾਓ ਮੀਨਿੰਗਫੁਲ ਲਰਨਿੰਗ ਕਿਹੜੀ ਪ੍ਰੈਕਟਿਸ ਹੈ ਜੀ? ਮੀਨਿੰਗਫੁਲ, ਹੁਣ ਪਨਿਸ਼ਮੈਂਟ ਵਾਲਾ ਵਰਡ ਤਾਂ ਆਪਾਂ ਕੱਢ ਹੀ ਸਕਦੇ ਹਾਂ ਜੀ। ਕੋਪਰੇਟਿਵ ਲਰਨਿੰਗ ਇਨਵਾਇਰਮੈਂਟ ਹੈ ਜੀ ਆਹ, ਸੀਸੀ ਕੰਟੀਨਿਊਸ ਕੰਪਰੀਹੈਂਸਿੰਗ ਅਵੈਲੂਏਸ਼ਨ ਕੋਂਸਟੈਂਟ ਕੰਪੈਰੇਟਿਵ ਅਵੈਲੂਏਸ਼ਨ। ਹੁਣ ਤੁਸੀਂ ਥਰਡ ਵਾਲਾ ਆਪਸ਼ਨ ਆਏਗਾ ਹੀ ਆਏਗਾ, ਉਸ ਦੇ ਹਿਸਾਬ ਨਾਲ ਚੂਜ਼ ਕਰਨਾ ਹੈ। ਹਾਂ, ਪਹਿਲੇ ਵਾਲਾ ਨਹੀਂ ਆਏਗਾ। ਹੁਣ ਜਿਹੜਾ ਕੋਂਸਟੈਂਟ ਵਾਲਾ ਇਹ ਵੀ ਨਹੀਂ ਆਏਗਾ। ਹੁਣ ਉਹਦੇ ਰਿਗਾਰਡਿੰਗ ਜਿਹੜੇ ਆਪਣੇ ਕੋਲ ਆਪਸ਼ਨ ਬਚਦੀ ਹੈ ਉਹ ਇੱਕੋ ਹੀ ਬਚਦੀ ਹੈ ਜੀ, ਆਪਸ਼ਨ ਸੈਕਿੰਡ ਅਤੇ ਥਰਡ, ਕਿਉਂਕਿ ਫੋਰਥ ਵੀ ਨਹੀਂ ਆਉਣਾ, ਫਸਟ ਵੀ ਨਹੀਂ ਆਉਣਾ, ਆਪਣੇ ਕੋਲ ਸੈਕਿੰਡ ਵਾਲੀ ਆਪਸ਼ਨ ਹੀ ਕਰੈਕਟ ਹੈ। ਇਸ ਤਰੀਕੇ ਨਾਲ ਤੁਸੀਂ ਕੀ ਹੈ ਜੀ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ। ਦੈਨ ਫੋਲੋਇੰਗ ਪੀਰੀਅਡ ਡਜ਼ ਫਿਜ਼ੀਕਲ ਗਰੋਥ ਐਂਡ ਡਿਵੈਲਪਮੈਂਟ ਅਕਰ ਐਟ ਏ ਰੈਪਿਡ ਪੇਸ। ਰੈਪਿਡ ਮੀਨਸ ਫਾਸਟਲੀ। ਕਿਹੜਾ ਪੀਰੀਅਡ ਹੋਏਗਾ ਇਹ ਤੁਹਾਨੂੰ ਯਾਦ ਕਰੋ, ਬਿਲਕੁਲ ਫਸਟ ਕਲਾਸ ਹੈ ਜੀ, ਬਿਲਕੁਲ ਫਸਟ ਕਲਾਸ। ਜੀਨ ਪਿਆਜਰ ਦੇ ਰਿਗਾਰਡਿੰਗ ਵੀ ਇੱਥੇ ਤਾਂ ਆਪਾਂ ਅਲੱਗ ਤਰੀਕੇ ਨਾਲ ਕੀਤੀ ਹੈ, ਇਹਦੇ ਸਾਰੇ ਦੇ ਸਾਰੇ ਪੁਆਇੰਟਸ ਨੂੰ ਡਿਸਕਸ ਕੀਤਾ ਗਿਆ। ਜਾਂ ਫਿਰ ਤੁਸੀਂ ਜਿਹੜਾ ਡੈਮੋ ਵੀਡੀਓ ਸੀਗਾ, ਡੈਮੋ ਇਨ ਕੇਸ, ਜਾਂ ਜਿਹੜੀ ਹਿਸਟਰੀ ਆਫ ਸਾਈਕੋਲੋਜੀ ਸੀ ਉਹਦੇ ਰਿਗਾਰਡਿੰਗ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਸਟੇਜ ਦੇ ਵਿੱਚ ਜਿਹੜੀ ਗਰੋਥ ਹੋਏਗੀ ਉਹ ਬੱਚੇ ਦੀ ਰੈਪਿਡ ਹੋਏਗੀ। ਇਨਫੈਂਸੀ ਹੈ, ਅਰਲੀ ਚਾਈਲਡਹੁੱਡ ਹੈ, ਇਹ ਆਪਣਾ ਬ੍ਰੇਨ ਡਿਵਲਪਮੈਂਟ ਦਾ ਪਾਰਟ ਵੀ ਹੈ। ਜਾਂ ਫਿਰ ਨਿਊਰੋਨ ਦੇ ਰਿਗਾਰਡਿੰਗ ਜਿਹੜੀ ਡਿਸਕਸ਼ਨ ਕੀਤੀ ਉਹ ਵੀ ਹੋ ਸਕਦਾ ਹੈ। ਗ੍ਰੇ ਮੈਟਰ, ਵਾਈਟ ਮੈਟਰ ਵੀ ਹੋ ਸਕਦਾ। ਦੇਰ ਆਰ ਲੋਟ ਆਫ ਕਨਸੈਪਟ, ਬਟ ਸਟੇਜਿਸ ਆਪਾਂ ਦੇਖਣੀਆਂ ਕਦੋਂ ਸਪੀਡ ਫਾਸਟ ਹੋਏਗੀ। ਅਤੇ ਮੈਂ ਤੁਹਾਨੂੰ ਲੈਂਗੁਏਜ ਦੇ ਵਿੱਚ ਵੀ ਗੱਲ ਸਮਝਾਈ ਸੀ ਐਜ਼ ਪਰ ਦੀ ਆਫਲਾਈਨ ਸੈਸ਼ਨ ਵੀ, ਕਿ ਉਹਨੂੰ ਬੱਚਾ ਸਿੱਖ ਸਕਦਾ, ਹੁਣ ਸਿੱਖਣ ਦੇ ਵਿੱਚ ਉਹਨੂੰ ਦਿੱਕਤ ਮਹਿਸੂਸ ਹੁੰਦੀ ਹੈ। ਤੁਸੀਂ ਹੋਪਸ ਆਨਸਰ ਲਗਾ ਲਿਆ ਹੋਏਗਾ, ਤਾਂ ਆਪਣੇ ਕੋਲ ਜਿਹੜਾ ਵੀ ਆਨਸਰ ਆਉਂਦਾ ਬਿਲਕੁਲ ਜੀ ਬਿਲਕੁਲ, ਇਹੀ ਆਪਾਂ ਇਨਫੈਂਸੀ ਐਂਡ ਅਰਲੀ ਚਾਈਲਡਹੁੱਡ, ਇਹੀ ਆਪਾਂ ਸਵਾਲ ਉਸ ਸਮੇਂ ਵੀ ਕੀਤਾ ਸੀ ਜਦੋਂ ਆਪਾਂ ਇਹ ਪ੍ਰੈਕਟਿਸ ਕੀਤੀ ਸੀ। ਹਾਂਜੀ, ਵਨ ਹਾਫ ਪਾਰਟ ਆਪਾਂ ਜੀ ਕੰਪਲੀਟ ਕਰ ਚੁੱਕੇ ਹਾਂ, ਅਪਰੋਕਸੀਮੇਟਲੀ 10-12 ਮਿੰਟ ਦੇ ਅੰਦਰ ਅੰਦਰ ਇਹ ਕੰਪਲੀਟ ਹੋ ਚੁੱਕਿਆ। ਚਲੋ ਜੀ, ਪ੍ਰਾਇਮਰੀ ਕੋਜ਼ ਕੀ ਹੈ ਜੀ? ਆਪਣਾ ਇੰਡੀਵਿਜੁਅਲ ਵੇਰੀਏਸ਼ਨ ਦਾ ਜੀ, ਜੈਨੇਟਿਕ ਕੋਡ ਹੈ ਜੀ, ਬਰਥ ਪੇਰੈਂਟਸ ਦਾ, ਇਨਬੋਰਨ ਕਰੈਕਟਰਿਸਟਿਕਸ ਹੈ ਜਾਂ ਇਨਵਾਇਰਮੈਂਟ ਦਾ ਇਫੈਕਟ ਹੈ, ਇੰਟਰਪਲੇ ਬਿਟਵੀਨ। ਇਹ ਆਪਾਂ ਲਾਈਨ ਸਿੱਧੀ ਪਿਛਲੇ ਸਟੈਪ ਦੇ ਵਿੱਚ ਵੀ ਕੀਤੀ ਸੀ ਕਿ ਆਪਸ ਦੇ ਵਿੱਚ ਉਲਝਿਆ ਹੋਇਆ ਹੈਰੀਡਿਟੀ ਅਤੇ ਇਨਵਾਇਰਮੈਂਟ। ਕੁਝ ਚੀਜ਼ਾਂ ਹੈਰੀਡਿਟੀ ਵਾਈਜ਼ ਕਿ ਜਨਰੇਸ਼ਨ ਨੇ ਬਹੁਤ ਨਾਮ ਕੀਤਾ ਲੇਕਿਨ ਅੱਗੇ ਜਾ ਕੇ ਕੁਝ ਚੀਜ਼ਾਂ ਫੇਲ ਹੋ ਗਈਆਂ ਕਿਉਂਕਿ ਇਨਵਾਇਰਮੈਂਟ ਵੈਸਾ ਨਹੀਂ ਰਿਹਾ। ਉੱਥੋਂ ਕੁਝ ਚੀਜ਼ਾਂ ਨੇ ਕਮ ਬੈਕ ਵੀ ਕੀਤਾ, ਜਿਵੇਂ ਸੰਜੂ ਮੂਵੀ ਦੇ ਵਿੱਚ ਉਹਨਾਂ ਨੇ ਆਪਦੇ ਫਾਦਰ ਸਾਹਿਬ ਦੀ ਲੈਗੇਸੀ ਨੂੰ ਕੰਟੀਨਿਊ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹਨਾਂ ਨੇ ਇਨਵਾਇਰਮੈਂਟ ਨੇ ਉਹਨਾਂ ਨੂੰ ਖਰਾਬ ਕੀਤਾ, ਬਟ ਫਿਰ ਵੀ ਉਹ ਕਮ ਬੈਕ ਕਰ ਪਾਏ। ਸੋ ਦੈਟ ਇਜ਼ ਦੀ ਫੋਰਥ ਆਪਸ਼ਨ ਬਿਟਵੀਨ ਦੀ ਹੈਰੀਡਿਟੀ ਐਂਡ ਇਨਵਾਇਰਮੈਂਟ। ਇਹਦੇ ਬਹੁਤ ਸਾਰੇ ਐਗਜ਼ਾਮਪਲ ਤੁਸੀਂ ਆਮ ਤੌਰ 'ਤੇ ਲਾਈਫ ਦੇ ਵਿੱਚ ਦੇਖ ਸਕਦੇ ਹੋ। ਨਾਓ ਉੱਪਰ ਵਾਲਾ ਸਟੱਡੀ ਕਰੋ ਜੀ, ਕੁਝ ਚੀਜ਼ ਰਹਿ ਗਈ, ਫੋਰਗਟ ਟੂ ਬ੍ਰਿੰਗ ਟਿਫਨ ਟੂ ਸਕੂਲ, ਕਿ ਆਪਦਾ ਟਿਫਨ ਦੇ ਦੇ, ਯੂ ਸ਼ੁੱਡ ਸ਼ੇਅਰ ਯੂਰ ਟਿਫਨ ਵਿਦ ਮੀ ਟੂਡੇ ਬਿਕੋਜ਼ ਆਈ ਸ਼ੇਅਰਡ ਮਾਈ ਟਿਫਨ ਵਿਦ ਯੂ ਯੈਸਟਰਡੇ। ਲੋਰੈਂਸ ਕੋਲਬਰਗ ਥਿਊਰੀ ਆਫ ਮੋਰਲ ਡਿਵਲਪਮੈਂਟ ਸਟੇਟ ਮੈਂ ਰੀਪ੍ਰਜੈਂਟ, ਕਿ ਕਿਹੜੀ ਗੱਲ ਉਹ ਦੱਸ ਰਹੇ ਹੈ, ਕਿਹੜੀ ਸਟੇਜ 'ਤੇ ਦੱਸ ਰਹੇ ਹੈ। ਜਿਵੇਂ ਸਟੇਜਿਸ ਕੀ ਸੀਗੀਆਂ ਜੀ ਆਪਣੇ ਕੋਲ, ਕੀ ਸੀਗੀਆਂ, ਲੈਵਲ 1, 2, 3 ਸੀਗਾ ਸਟੇਜਿਸ, ਅਲੱਗ ਤਰੀਕੇ ਨਾਲ ਦੋ ਦੋ ਕਰਕੇ ਆਪਾਂ ਉਹਦੇ ਵਿੱਚ ਸਮਝੀਆਂ ਸੀਗੀਆਂ। ਜਿਵੇਂ ਆਪਾਂ ਗੁੱਡ ਬੋਆਏ ਗੁੱਡ ਗਰਲ ਓਰੀਐਂਟੇਸ਼ਨ ਵਾਲਾ ਇਹ ਜਿਹੜਾ ਸਵਾਲ ਹੈ ਜੀ, ਤਾਂ ਆਪਾਂ ਕੀ ਕਰ ਰਹੇ ਹਾਂ ਜੀ, ਉਹਦੇ ਵਿੱਚ ਕੁਛ ਚੀਜ਼ਾਂ ਨੂੰ ਐਕਸਚੇਂਜ ਕਰ ਰਹੇ ਹਾਂ ਅਤੇ ਕਨਵੈਨਸ਼ਨਲ ਥਿੰਕਿੰਗ ਨਾਲ ਜਾ ਰਹੇ ਹਾਂ। ਇਹ ਨਾ ਕਰ ਲਿਓ ਕਿਤੇ ਵਿੰਗ ਨਾਈਸ ਕਰਕੇ, ਗੁੱਡ ਬੋਆਏ ਗੁੱਡ ਗਰਲ ਓਰੀਐਂਟੇਸ਼ਨ ਸੀਗੀ ਉਹ ਅਲੱਗ ਤਰੀਕੇ ਨਾਲ ਸੀ, ਇਹ ਐਕਸਚੇਂਜ ਓਰੀਐਂਟੇਸ਼ਨ ਹੈ ਅਤੇ ਕਨਵੈਨਸ਼ਨਲ ਸਟੇਜ 'ਤੇ, ਕਿਉਂਕਿ ਉਹ ਚੀਜ਼ ਉਹਨੂੰ ਸਮਝ ਰਿਹਾ ਕਿ ਕੱਲ੍ਹ ਮੈਂ ਦਿੱਤਾ ਸੀ ਅੱਜ ਤੂੰ ਦੇ ਦੇ, ਕਨਵੈਨਸ਼ਨ ਦੇ ਹਿਸਾਬ ਨਾਲ। ਵਾਈਡਲੀ ਹੈਲਡ ਬਿਲੀਫ ਅਬਾਊਟ ਟਾਈਪੀਫਾਈਡ ਕਰੈਕਟਰਿਸਟਿਕਸ ਡੀਮਡ ਐਪਰੋਪ੍ਰੀਏਟ ਫੋਰ ਡਿਫਰੈਂਟ ਸੈਕਸਿਸ ਇਨ ਦੀ ਸੋਸਾਇਟੀ ਆਰ ਰੈਫਰਡ ਐਜ਼, ਵੀ ਮਤਲਬ ਹਰ ਇੱਕ ਤਰੀਕੇ ਦੇ ਕਮਿਊਨਿਟੀ ਦੇ ਨਾਲ ਕਿਆ ਡਿਸਕ੍ਰੀਮੀਨੇਸ਼ਨ ਹੋ ਰਹੀ ਹੈ, ਕਿਆ ਰੋਲਸ ਦੀ ਗੱਲਬਾਤ ਹੋ ਰਹੀ ਹੈ, ਆਈਡੈਂਟੀ ਦੀ ਗੱਲ ਹੋ ਰਹੀ ਹੈ, ਸਟੀਰੋਟਾਈਪ ਦੀ। ਹੁਣ ਇਹ ਸਾਰੇ ਪੁਆਇੰਟਸ ਆਪਾਂ ਬਹੁਤ ਅੱਛੇ ਤਰੀਕੇ ਨਾਲ ਡਿਸਕਸ ਕਰ ਚੁੱਕੇ ਹਾਂ,
ਇਹਦਾ ਜਿਹੜਾ ਆਪਣੇ ਕੋਲ ਬਣਦਾ ਜੀ ਸਟੀਰੋਟਾਈਪ ਅਨਸਰ ਬਣਦਾ, ਬਹੁਤ ਅੱਛੇ ਤਰੀਕੇ ਨਾਲ ਆਪਾਂ ਡਿਸਕਸ ਕੀਤਾ ਕਿ ਜਿਵੇਂ ਆਪਾਂ ਹੁਣ ਪਹਿਲਾਂ ਐਗਜ਼ਾਮਪਲ ਲਿੱਤੀ ਸੀ ਪੰਜਾਬ ਦੇ ਰਿਗਾਰਡਿੰਗ, ਹਰਿਆਣਾ ਦੇ ਰਿਗਾਰਡਿੰਗ, ਹਿਮਾਚਲ ਦੇ ਰਿਗਾਰਡਿੰਗ, ਉਹ ਸਟੀਰੋਟਾਈਪ ਬਣ ਗਿਆ ਕਿ ਅੱਛਾ ਉੱਥੋਂ ਹੈ ਇਹ ਐਂ ਹੋਊਗਾ, ਅੱਛਾ ਉਹ ਉੱਥੋਂ ਹੈ ਇਹ ਐਂ ਹੋਊਗਾ। ਦੈਟ ਇਜ਼ ਸਟੀਰੋਟਾਈਪਿੰਗ, ਪਹਿਲਾਂ ਤੋਂ ਹੀ ਬਣਾਉਣਾ। ਵਾਈਡਲੀ ਹੈਲਡ ਬਿਲੀਫ, ਡਿਸਕ੍ਰਿਮੀਨੇਸ਼ਨ ਤਾਂ ਅਲੱਗ ਹੁੰਦਾ ਜੀ, ਭੇਦਭਾਵ ਕਰਨਾ ਸੋਸ਼ਲ ਕੰਸਟਰਕਸ਼ਨ ਦੇ ਵਿੱਚ ਨਾਲ ਨਾਲ ਬਣ ਗਿਆ, ਲੇਕਿਨ ਪਹਿਲਾਂ ਤੋਂ ਹੀ ਬਣਿਆ ਹੋਇਆ ਟਾਈਪੀਫਾਈਡ ਕਰੈਕਟਰਿਸਟਿਕਸ, ਅਤੇ ਉਹਨਾਂ ਨੇ ਮੰਨ ਹੀ ਚੁੱਕੇ ਆ ਉਹ ਜੈਂਡਰ ਰੋਲ ਕਿ ਮਦਰ ਇਹ ਕਰੇਗੀ ਫਾਦਰ ਇਹ ਕਰਨਗੇ, ਬਸ ਬਣਿਆ ਹੋਇਆ। ਆਈਡੈਂਟੀ ਕਿ ਮਦਰ ਦੀ ਆਈਡੈਂਟੀ ਜਾਂ ਇੱਕ ਨਾਲ ਨਾਲ ਘਰ ਨੂੰ ਹੈਲਪ ਕਰਨੀ, ਨਾਲ ਨਾਲ ਜੋਬ ਨੂੰ ਅਤੇ ਬੱਚਿਆਂ ਨੂੰ ਸੰਭਾਲਣਾ, ਫਾਦਰ ਦੀ ਰਿਸਪੋਂਸੀਬਿਲਟੀ ਬਾਹਰ ਵਾਲੀ, ਇਹਨਾਂ ਤਿੰਨਾਂ ਦੀ ਐਗਜ਼ਾਮਪਲ ਅਲੱਗ ਅਲੱਗ ਹੈ ਜੀ। ਅਤੇ ਜਿਹੜੀ ਸਟੀਰੋਟਾਈਪ ਹੈ ਫਿਰ ਆਪਾਂ ਕਹਿਤਾ ਅੱਛਾ ਉਹ ਉੱਥੋਂ ਸੀਗਾ ਇਸ ਕਰਕੇ ਫੂਡ ਇਸ ਤਰੀਕੇ ਨਾਲ ਉਹ ਇੰਜੋਏ ਕਰ ਰਹੇ ਹੈ। ਹੁਣ ਮੰਨ ਲਓ ਜੇ ਕੋਈ, ਮੰਨ ਲਓ ਪੰਜਾਬ ਦਾ ਜ਼ਰੂਰੀ ਥੋੜ੍ਹੀ ਹੈ ਕਿ ਉਹ ਵੈੱਜ ਹੈ ਜਾਂ ਨੋਨ ਵੈੱਜ ਹੈ ਜਾਂ ਉਹ ਐਲਕੋਹਲ ਕੰਜ਼ਿਊਮ ਕਰਦਾ ਹੀ ਹੋਏਗਾ, ਇਸ ਤਰੀਕੇ ਦੇ ਬਹੁਤ ਸਾਰੇ ਐਨ ਨੰਬਰ ਔਫ ਵੀਡੀਓਜ਼, ਜਾਂ ਜਿਵੇਂ ਆਪਾਂ ਤੁਹਾਨੂੰ ਗੱਲ ਦੱਸੀ ਸੀ ਕਿ ਐਬਿਊਜ਼ਿਵ ਕੰਟੈਂਟ ਦੇ ਨਾਲ ਵੀ ਯੂਟਿਊਬ ਦੇ ਉੱਪਰ ਹੈਗੀਆਂ ਨੇ ਕਿ ਜੋ ਸਟੀਰੋਟਾਈਪ ਬਣਾ ਰੱਖਿਆ ਅੱਛਾ ਉੱਥੋਂ ਹੈ, ਤਾਂ ਇਸ ਦੇ ਉੱਪਰ ਕਾਫੀ ਸਾਰੇ ਜੋਕਸ ਵੀ, ਜਿਵੇਂ ਮੈਂ ਪੰਜਾਬ ਤੋਂ ਹਾਂ ਜੀ ਬਠਿੰਡਾ ਤੋਂ, ਉਸ ਤਰੀਕੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੋ ਚੀਜ਼ ਉਹ ਹੈ ਤਾਂ ਇਹ ਸੇਮ ਹੀ ਰਹੇਗੀ, ਇਹ ਚੀਜ਼ ਗਲਤ ਹੈ। ਵਾਇਗੋਸਕੀ, ਵੈਨ ਅਡਲਟਸ ਐਡਜਸਟ ਦੀ ਸਪੋਰਟ ਟੂ ਐਕਸਟੈਂਡ, ਹਾਂਜੀ ਇਹ ਉਹੀ ਪੁਆਇੰਟ ਆ ਗਿਆ ਜੀ। ਜ਼ੈੱਡ ਪੀ ਡੀ ਵੀ ਦੱਸਿਆ ਸੀ ਆਪਾਂ, ਸਟੈਪ ਬਾਏ ਸਬ ਸਟੈਪ ਵੀ ਦੱਸਿਆ ਸੀ, ਡਿਸਕਵਰੀ ਲਰਨਿੰਗ ਵੀ ਸੀ, ਤਾਂ ਆਪਣੇ ਕੋਲ ਜਿਹੜਾ ਆਪਾਂ ਲੈਵਲ ਔਫ ਪਰਫੋਰਮੈਂਸ ਆਪਾਂ ਐਡਜਸਟ ਕਰਦੇ ਹਾਂ, ਜਾਂ ਫਿਰ ਆਪਾਂ ਇੱਕ ਕੁਐਸਚਨ ਪਹਿਲਾਂ ਵੀ ਕੀਤਾ ਕਿ ਅਡਲਟ ਹੈਲਪ ਕਰ ਰਹੇ ਹੈ, ਜਾਂ ਕਿਊਜ਼ ਵਾਲਾ ਵਰਡ ਦੇਖਿਆ ਸੀ ਜੀ ਆਪਾਂ ਕਿ ਆਪਾਂ ਉਹਨੂੰ ਸਪੋਰਟ ਕਰ ਰਹੇ ਹਾਂ ਏਡਡ ਐਫਰਟ ਦੇ ਨਾਲ ਸਕੈਫੋਲਡਿੰਗ। ਇਸੇ ਕਰਕੇ ਮੈਂ ਕੁਐਸਚਨ ਦੁਬਾਰਾ ਲਗਾਇਆ ਕਿ ਉੱਪਰ ਵਾਲਾ ਜਿਹੜਾ ਸੈੱਟ ਸੀਗਾ ਇਹ ਡਿਫਰੈਂਟ ਸੀ, ਉੱਥੇ ਇੱਕ ਡਿਫਰੈਂਟ ਸੀ ਕਿ ਅਡਲਟ ਉਹਨੂੰ ਗਾਈਡ ਕਰ ਰਹੇ ਹੈ, ਲੇਕਿਨ ਇੱਥੇ ਸੀ ਕਰੰਟ ਲੈਵਲ ਔਫ ਪਰਫੋਰਮੈਂਸ ਨੂੰ ਆਪਾਂ ਕੀ ਕਹਾਂਗੇ ਕਿ ਉਹਨੂੰ ਐਕਸਟੈਂਡਡ ਸਪੋਰਟ ਮਿਲ ਰਹੀ ਹੈ ਜੀ। 20 ਕੁਐਸਚਨ ਆਪ ਪੂਰੇ ਕਰ ਚੁੱਕੇ ਹਾਂ, 21st 'ਤੇ ਚੱਲਦੇ ਹਾਂ ਜੀ। ਹਾਵਰਡ ਗਾਰਡਨਰ ਥਿਊਰੀ ਜੀ, ਲੋਜੀਕਲ ਮੈਥਮੈਟੀਕਲ ਪੜ੍ਹ ਲਓ ਜੀ, ਸਟੇਟ ਬੈਂਕ ਆਫ ਇੰਡੀਆ, ਲੋਨ ਲੇਂਗੇ IN ਮੁੰਬਈ, ਇੱਥੋਂ ਦੇਖ ਕੇ ਆਪਾਂ ਸੋਲਵ ਕਰਨਾ ਹੈ ਕਿ ਆਪਾਂ ਕਿਹੜਾ ਕੁਐਸਚਨ ਆਪਣਾ ਸਹੀ ਬਣਦਾ ਹੈ, ਕਿਹੜਾ ਆਪਸ਼ਨ ਬਣਦਾ ਹੈ ਜੀ। ਹਾਂਜੀ ਲੋਜੀਕਲ ਅਤੇ ਮੈਥੇਮੈਟੀਕਲ, ਲੋਜਿਕ ਹੈ ਜੀ ਨਾਲ, ਪਿਚ ਰਿਦਮ ਅਸਥੈਟਿਕ ਕੁਆਲਿਟੀ ਆਫ ਮਿਊਜ਼ਿਕ, ਹਾਂਜੀ ਹੋ ਸਕਦਾ ਜੀ, ਮੈਥ ਦੇ ਨਾਲ ਸਪਾਸ਼ੀਅਲ ਹੋ ਸਕਦਾ ਜੀ, ਵਰਡ ਦਾ ਹੋ ਸਕਦਾ ਜੀ, ਇੱਕੋ ਆਪਸ਼ਨ ਆਪਣੇ ਕੋਲ ਬਚਦੀ ਹੈ ਜੀ, ਪੈਟਰਨ ਹੈਂਡਲਿੰਗ ਆਫ ਚੇਂਜ ਆਫ ਰੀਜ਼ਨਿੰਗ, ਮੈਂ ਆਹ ਮਿਊਜ਼ਿਕ ਵਾਲਾ ਹੈ ਜੀ, ਆਹ ਲੋਜੀਕਲ ਹੈ, ਆਹ ਲਿੰਗੁਇਸਟਿਕ ਹੈ ਜੀ, ਚਾਹੇ ਲੋਜੀਕਲ ਪਿੱਛੇ ਲੈ ਲਓ ਅੱਗੇ ਲੈ ਲਓ, ਰੀਜ਼ਨਿੰਗ ਦੇ ਰਿਗਾਰਡਿੰਗ ਇਹ ਜਿਹੜਾ ਆਪਣੇ ਕੋਲ ਕੁਐਸਚਨ ਬਣਦਾ ਜੀ ਮੈਥੇਮੈਟਿਕ ਵਾਲਾ, ਉਹ ਇਹੀ ਬਣਦਾ, ਇਹ ਆਪਣਾ ਐਕਸਪ੍ਰੈਸਿਵਨੈਸ ਮਿਊਜ਼ਿਕ ਵਾਲਾ ਸਮਾਰਟ ਹੋ ਗਿਆ, ਸਪਾਸ਼ੀਅਲ ਵਾਲਾ ਆਹ ਐਸ 'ਤੇ ਚਲਾ ਗਿਆ ਜੀ, ਸਾਊਂਡ ਵਾਲਾ ਵੀ ਆਪਣਾ ਇਹਦੇ ਨਾਲ ਹੀ ਚੱਲਿਆ ਗਿਆ, ਜੋ ਸਾਊਂਡ ਦੇ ਨਾਲ ਆਪਾਂ ਰਿਦਮ ਦੇ ਨਾਲ ਚੱਲਾਂਗੇ, ਜਾਂ ਬੋਡੀ ਕਨੈਸਥੈਟਿਕ ਵੀ ਹੁੰਦਾ, ਬੋਡੀਲੀ ਕਨੈਸਥੈਟਿਕ, ਤਾਂ ਹੀ ਇਹ ਤੁਹਾਨੂੰ ਮੈਂ ਸ਼ੋਰਟਕੱਟ ਉਦੋਂ ਕਰਵਾਇਆ ਸੀ ਕਿ ਇਹ ਸ਼ੋਰਟਕੱਟ ਦੇ ਹਿਸਾਬ ਨਾਲ ਹੀ ਤੁਸੀਂ ਚੱਲਣਾ ਜੀ। ਵੈਰੀ ਗੁੱਡ ਜੀ, ਚਲੋ ਬਾਕੀ ਸਾਰਿਆਂ ਦਾ ਠੀਕ ਹੈ ਜੀ। 22nd ਰੋਲ ਆਫ ਹੈਰੀਡਿਟੀ ਐਂਡ ਹਿਊਮਨ ਡਿਵਲਪਮੈਂਟ ਅਤੇ ਨਾਲ ਨਾਲ ਇਨਵਾਇਰਮੈਂਟ ਕਿਹੜਾ ਕੁਰੈਕਟ ਹੈ, ਅੱਜ ਹੋਪ ਸੋ ਸ਼ਾਇਦ ਇਹਦੇ ਵਿੱਚ ਨੋਟ ਵਾਲਾ ਆਪਸ਼ਨ ਨਾ ਆਵੇ, ਰਾਊਂਡ ਵਨ ਦੇ ਵਿੱਚ ਆਪਾਂ ਨੋਟ ਵਾਲੇ ਕਾਫੀ ਕੀਤੇ, ਬਟ ਆਪਣਾ ਇੱਥੇ ਕੁਰੈਕਸ਼ਨ ਦੱਸ ਰਿਹਾ। ਓਨਲੀ ਰੀਜ਼ਨ ਇਨਫਲੂਐਂਸ ਕਰੇਗਾ ਨਾਈਦਰ ਹੈਰੀਡਿਟੀ ਨੋਰ ਇਨਵਾਇਰਮੈਂਟ ਬਟ ਬੋਥ, ਆਪਾਂ ਹਾਂਜੀ ਇਹੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਇਹ ਵਾਲੇ ਜਿਹੜੇ ਵਰਡ ਸੀਗੇ ਜੀ ਇਹ ਬਿਲਕੁਲ ਪਿੱਛੇ ਸੀ, ਲੇਕਿਨ ਜਿਹੜਾ ਕੰਪਲੈਕਸ ਇੰਟਰਪਲੇ ਸੀ ਉੱਥੋਂ ਸਟਾਰਟ ਹੋ ਰਿਹਾ ਸੀ ਆਪਣੇ ਕੋਲ, ਜਿਹੜਾ ਪਹਿਲਾਂ ਕੁਐਸਚਨ ਆਇਆ ਸੀ।
ਹੁਣ ਇਹ ਸਟੇਟਮੈਂਟ ਕੁਛ ਹੋਰ ਸੀ, ਪਹਿਲਾਂ ਵਾਲੀ ਲਾਈਨ ਇਹ ਟੌਪ 'ਤੇ ਸੀ, ਯੈਸ ਨੂੰ ਆਪਾਂ ਉਹਦੇ ਵਿੱਚ ਦੱਸਣਾ ਸੀ। ਫੋਰਥ ਆਪਸ਼ਨ ਆਪਣੇ ਕੋਲ ਜਿਹੜੀ ਹੈਗੀ ਹੈ ਜੀ ਕੁਰੈਕਟ ਹੈ। 23rd ਇਨਕਲੂਸਿਵ ਕਲਾਸਰੂਮ, ਜਿੱਥੇ ਆਪਾਂ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਹੋਣਾ ਚਾਹੀਦਾ, ਹਰ ਇੱਕ ਬੱਚੇ ਦੀ ਰਿਸਪੈਕਟ ਹੋਣੀ ਚਾਹੀਦੀ ਹੈ। ਪੇ ਟੂ ਗਿਫਟਡ ਟੈਲੈਂਟਡ ਚਿਲਡਰਨ, ਲੇਬਲ ਐਟੀਟਿਊਡ ਆਫ ਪੀਟੀ ਸਿੰਪਥੀ ਟੂ ਆਰ ਡਿਸੇਬਲ ਚਿਲਡਰਨ, ਬਸ ਇੱਕ ਬਚ ਗਿਆ ਜੀ ਪੋਟੈਂਸ਼ੀਅਲ, ਕਿ ਉਹਦੇ ਐਬਿਲਿਟੀ ਉਹਦੇ ਕੋਲ ਸਟਰੈਂਥ ਹੈ, ਉਸ ਤਰੀਕੇ ਨਾਲ ਚੱਲਣਾ ਚਾਹੀਦਾ। ਇਸੇ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਆਪਦੀ ਪ੍ਰੈਕਟਿਸ ਇਸ ਤਰੀਕੇ ਨਾਲ ਕਰੋ ਕਿ ਜੋ ਸਾਹਮਣੇ ਰੀਡ ਕਰੋ ਨੈਗਟਿਵ ਖਤਮ ਹੋਣਾ ਚਾਹੀਦਾ। ਮੈਂ ਤੁਹਾਡੇ ਸਾਹਮਣੇ ਜਿੰਨੀ ਵੀ ਪ੍ਰੈਕਟਿਸ ਕਰ ਰਹੇ ਹਾਂ ਜਾਂ ਜਿੰਨਾ ਵੀ ਤੁਹਾਨੂੰ ਦੱਸ ਰਿਹਾ ਉਹ ਨੈਗਟਿਵ ਪੋਜੀਸ਼ਨ ਨੂੰ ਚੂਜ਼ ਕਰਕੇ ਹੀ, ਪਹਿਲਾਂ ਵੀ ਰਾਊਂਡ 1 ਦੇ ਵਿੱਚ ਤੁਹਾਨੂੰ ਦੱਸਿਆ ਸੀ ਜਾਂ ਹੁਣ ਵੀ ਰਾਊਂਡ 2 ਦੇ ਅੰਦਰ ਤੁਸੀਂ ਇਹ ਪ੍ਰੈਕਟਿਸਿਸ ਕਰ ਰਹੇ ਹੋ ਅਪ੍ਰੈਲ ਦੇ ਮੰਥ ਦੇ ਵਿੱਚ, ਆਪਣੇ ਆਪ ਨੂੰ ਹੋਰ ਅੱਛਾ ਬਣਾ ਕੇ ਕਿ ਤੁਹਾਡੇ ਸਾਹਮਣੇ ਸਾਰਾ ਸੈੱਟ ਰੀਡ ਕੀਤਾ ਗਿਆ, ਸਾਡਾ ਸਾਰਾ ਸਾਹਮਣੇ ਕਿ ਇਹਦਾ ਮਤਲਬ ਇਹ, ਇਹਦਾ ਮਤਲਬ ਇਹ ਹੈ, ਤਾਂ ਉਹ ਚੀਜ਼ ਅੱਗੇ ਪਿੱਛੇ ਵੀ ਹੋ ਸਕਦੀ ਹੈ। ਤਾਂ ਤੁਸੀਂ ਖੁਦ ਪਰਸਨਲੀ ਇਹਨੂੰ ਖੁਦ ਚੂਜ਼ ਕਰਨਾ, ਤਾਂ ਹੀ ਮੈਂ ਤੁਹਾਨੂੰ ਕਿਹਾ ਜੀ ਇੱਕ ਸ਼ੀਟ ਲਿਆ ਕਰੋ, ਉਹਦੀ ਪ੍ਰੈਕਟਿਸ ਉਸ ਤਰੀਕੇ ਨਾਲ ਕਰਿਆ ਕਰੋ। ਤਾਂ ਹੀ ਮੈਂ ਇਹਨੂੰ ਚੂਜ਼ ਕਰਕੇ ਲੈ ਕੇ ਆਉਣਾ ਕਿ ਇਹ ਸਵਾਲ ਦਾ ਮਤਲਬ ਇਹ ਹੈ, ਇਹ ਸਵਾਲ ਦਾ ਮਤਲਬ ਇਹ ਹੈ, ਖੁਦ ਤਰੀਕੇ ਨਾਲ ਇਹ ਰੈਡੀ ਕੀਤਾ ਗਿਆ ਕਿ ਕਿਸ ਰੈਂਕਿੰਗ 'ਤੇ ਕੌਣ ਦਾ ਸਵਾਲ ਆਏਗਾ, ਨਾਲੇ ਪੁਰਾਣੀ ਰਿਵੀਜ਼ਨ ਵੀ ਹੋ ਜਾਏਗੀ। ਹਾਂਜੀ, ਸਟੂਡੈਂਟ ਸ਼ੋ ਦੀ ਫੋਲੋਇੰਗ ਸਾਈਨਸ ਇਨ ਦੀ ਕਲਾਸਰੂਮ, ਐਨਗਜ਼ਾਇਟੀ ਅਬਾਊਟ ਰੀਡਿੰਗ, ਫਿਰ ਉਹ ADHD ਦੇ ਰਿਗਾਰਡਿੰਗ ਜਾਂ ਡਿਸੇਬਿਲਿਟੀ ਦਾ ਕੋਈ ਕਾਰਨ ਹੋ ਸਕਦਾ, ਡਿਫੀਕਲਟੀ ਇਨ ਰਿਕੋਗਨਾਈਜ਼ਿੰਗ ਵਰਡਸ ਔਰ ਲੈਟਰਸ, ਪੂਅਰ ਵੋਕੈਬਲਰੀ, ਡਿਫੀਕਲਟੀ ਵਿਦ ਅੰਡਰਸਟੈਂਡਿੰਗ ਔਰ ਮੈਮਰਿੰਗ ਵਟ ਵਾਜ ਰੀਡ, ਜਾਂ ਸਟੂਡੈਂਟ ਸ਼ੋ ਦੀ ਫੋਲੋਇੰਗ ਸਾਈਨਸ ਇਨ ਦੀ ਕਲਾਸਰੂਮ, ਕਿਹੜਾ ਸਾਈਨ ਉਹ ਕਲਾਸਰੂਮ ਦੇ ਵਿੱਚ ਸ਼ੋ ਕਰ ਸਕਦਾ ਹੈ। ਇਹਦੇ ਵਿੱਚ ਤੁਸੀਂ ਡਿਸੇਬਿਲਿਟੀ ਵੀ ਲੈ ਸਕਦੇ ਹੋ, ਲੈ ਸਕਦੇ ਹੋ, ਬਿਲਕੁਲ ਲੈ ਸਕਦੇ ਹੋ। ਹਾਂਜੀ ਸਟੂਡੈਂਟਸ ਜਿਹੜੇ ਵੀ ਇਹਨੂੰ ਵਾਚ ਕਰ ਰਹੇ ਹੈ, ਡਿਫੀਕਲਟੀ ਵਰਡ ਔਰ ਲੈਟਰਸ, ਹਾਂ ਡਿਸਲੈਕਸੀਆ ਵੀ ਹੋ ਸਕਦਾ ਹੈ, ਪੂਰ ਵੋਕੈਬਲਰੀ ਵੀ ਹੋ ਸਕਦੀ ਹੈ, ਲੇਕਿਨ ਉਹ ਕਲਾਸਰੂਮ ਦੀ ਗੱਲ ਕੀਤੀ ਹੋਈ ਹੈ, ਇਨਕਲੂਸਿਵ ਵਰਡ ਨਾਲ ਨਹੀਂ ਐਡ ਹੈਗਾ। ਫੋਲੋਇੰਗ ਸਾਈਨਸ ABCD ਵੀ ਹੋ ਸਕਦਾ, ਸਾਰੇ ਹੋ ਸਕਦੇ ਹੈ, ਹਾਂ ਲੇਕਿਨ ਮੈਮਰੀ ਅੰਡਰਸਟੈਂਡਿੰਗ ਰਿਫਲੈਕਟਿਵ ਇਹ ਵਾਲਾ ਪੁਆਇੰਟ ਵੀ ਜਿਹੜਾ ਹੈਗਾ ਉਹ ਆਪਣੇ ਨਾਲ ਆ ਸਕਦਾ ਕਿ ਯਾਦ ਕੀਤਾ ਨਹੀਂ ਕੀਤਾ, ਲੇਕਿਨ ਇਹ ਜਿਹੜੇ ਸਾਰੇ ਵਰਡ ਨੇ ਆਪਣੇ ਇਨਕਲੂਸਿਵ ਦੇ ਨਾਲ ਨਹੀਂ ਅਟੈਚ ਹੈਗੇ, ਆਪਣੇ ਕੋਲ ਕੀ ਹੈ ਜੀ ਪੂਅਰ ਵੋਕੈਬਲਰੀ ਸਕਿੱਲ ਜਿਹੜੀਆਂ ਹੈਗੀਆਂ, ਕਿਉਂਕਿ ਆਪਣੇ ਕੋਲ ਇੱਥੇ ਕਲਾਸਰੂਮ ਇਨਕਲੂਸਿਵ ਐਡ ਨਹੀਂ ਕੀਤਾ ਗਿਆ, ਨੋਰਮਲ ਕਲਾਸਰੂਮ ਦੀ ਗੱਲ ਕੀਤੀ ਹੋਈ ਹੈ, ਕਿਉਂਕਿ ਕੁਝ ਸਕੂਲ ਸਪੈਸ਼ਲ ਟੀਚਰ, ਇੱਥੇ ਸਪੈਸ਼ਲ ਟੀਚਰ ਦੀ ਗੱਲ ਵੀ ਨਹੀਂ ਕੀਤੀ ਗਈ, ਬਸ ਇੱਕ ਸਟੂਡੈਂਟ ਦੀ ਗੱਲ ਕੀਤੀ ਗਈ, ਤਾਂ ਹੀ ਕਰਕੇ ਜਿਹੜੇ ਤਿੰਨੇ ਚੀਜ਼ਾਂ ਉਹ ਆਪਣੇ ਕੋਲ ਡਿਸੇਬਿਲਿਟੀ ਦੇ ਨਾਲ ਸ਼ੋ ਹੋ ਰਹੀਆਂ। ਹਾਂਜੀ ਆ ਗਿਆ ਜੀ ਅਗਲਾ ਹੀ ਕੁਸ਼ਚਨ, ਤਾਂ ਹੀ ਮੈਂ ਤੁਹਾਨੂੰ 24 ਇਹ ਦਿੱਤਾ, ਹੁਣ ਇਹ 25 ਸਹੀ ਤਰੀਕੇ ਨਾਲ ਕਰਨਾ। ਟੀਚਰ ਐਡਰੈਸ ਦੀ ਨੀਡ ਆਫ ਸਪੈਸ਼ਲੀ ਏਬਲਡ ਚਿਲਡਰਨ ਇਨ ਇਨਕਲੂਸਿਵ ਕਲਾਸਰੂਮ, ਪਤਾ ਲੱਗ ਗਿਆ ਜੀ 24ਵਾਂ ਅਤੇ 25ਵਾਂ ਦਾ ਡਿਫਰੈਂਸ, ਇਸੇ ਕਰਕੇ ਨਾਲ ਨਾਲ ਰੱਖਿਆ ਹੋਇਆ 24ਵਾਂ ਅਤੇ 25ਵਾਂ, ਕਿ 24ਵਾਂ ਅਗਰ ਤੁਸੀਂ ਗਲਤ ਕਰਦੇ ਹੋ ਜਾਂ ਕੁਛ ਬੱਚੇ ਕਹਿੰਦੇ ਆ ਸਰ ਆਹ ਕਿਉਂ ਨਹੀਂ ਹੋ ਸਕਦਾ ਜੀ ਵੋਕੈਬਲਰੀ ਹੋਵੇ, ਕਿਉਂਕਿ ਰੀਡ ਹੀ ਨਹੀਂ ਕਰ ਪਾ, ਕੁਝ ਦੱਸਿਆ ਹੀ ਨਹੀਂ, ਬੋਲ ਹੀ ਨਹੀਂ ਪਾਇਆ ਖੜ੍ਹੇ ਹੋ ਕੇ, ਵੋਕੈਬਲਰੀ ਨਹੀਂ ਆ ਰਹੀ, ਰਿਕੋਗਨਾਈਜ਼ ਨਹੀਂ ਕੀਤਾ, ਐਨਗਜ਼ਾਇਟੀ ਸੀ ਜਾਂ ਅੰਡਰਸਟੈਂਡਿੰਗ ਨਹੀਂ ਸੀ। ਸਰ ਨੂੰ ਪਹਿਲਾਂ ਪ੍ਰੋਬਲਮ ਕੀ ਸੀ ਕਿ ਵੋਕੈਬਲਰੀ ਬੋਲਣੀ ਨਹੀਂ ਆ ਰਹੀ ਸੀ, ਕਿ ਕਿਆ ਹੈਗਾ ਬੋਲਣਾ ਚਾਹੀਦਾ ਇਹਨੂੰ। ਹਾਂਜੀ 25ਵੇਂ ਦਾ ਦੇਖੋ ਜੀ, ਜ਼ੋਰ ਦੇਣਾ ਚਾਹੀਦਾ ਜੀ ਪ੍ਰੈਕਟਿਸ 'ਤੇ, ਐਮਫੇਸਾਈਜ਼ਿੰਗ ਔਨ ਪ੍ਰੈਕਟਿਸ, ਡਰਿੱਲ, ਪੇਪਰ ਪੈਨਸਿਲ ਟੈਸਟ ਫੋਰ ਅਸੈਸਮੈਂਟ, ਯੂਨੀਫੋਰਮ ਵੇਜ ਕਿ ਸੇਮ ਤਰੀਕਾ ਹੀ ਹੋਣਾ ਚਾਹੀਦਾ, ਲੋਟ ਆਫ ਰਿਟਨ ਹੋਮਵਰਕ, ਸਟ੍ਰੈਸ ਔਨ ਕਾਪਿੰਗ ਆਫ ਆਨਸਰ ਫਰੋਮ ਅਦਰ ਬ੍ਰਾਈਟ ਸਟੂਡੈਂਟਸ, ਤੁਸੀਂ ਆਹ ਦੇਖ ਲਓ ਇਹ ਤਾਂ ਆਪਣੇ ਕੋਲ ਪਹਿਲਾਂ ਹੀ ਕੱਟ ਦੇਣਾ ਚਾਹੀਦਾ ਪੜ੍ਹਦੇ ਸਾਰ ਹੀ। ਯੂਨੀਫੋਰਮ ਕਰ ਸਕਦੇ ਹਾਂ ਜੀ, ਕਿਉਂਕਿ ਚਾਈਲਡ ਸੈਂਟਰਡ ਦੇ ਹਿਸਾਬ ਨਾਲ ਹੈ, ਇੱਕੋ ਹੀ ਤਰੀਕਾ ਨਹੀਂ ਕਰ ਸਕਦੇ। ਚਲੋ ਪਹਿਲਾਂ ਦੇ ਚੌਥਾ ਦੇਖਦੇ ਹਾਂ, ਡਿਵੈਲਪ ਸਪੈਸੀਫਿਕ ਲਰਨਿੰਗ ਓਬਜੈਕਟਿਵ ਬੇਸਡ ਔਨ ਦੀ ਅਨਾਲਿਸਿਸ ਆਫ ਈਚ ਸਟੂਡੈਂਟ ਲਰਨਿੰਗ ਸਟਰੈਂਥ ਐਂਡ ਵੀਕਨੈਸ, ਹਾਂਜੀ ਹੁਣ ਕਿਹੜਾ ਕਰਨਾ ਚਾਹੀਦਾ ਜੀ, ਇਹ ਵੀ ਕੱਟ ਦਈਏ ਜੀ, ਚਲੋ ਕੱਟ ਦਿੰਦੇ ਹਾਂ।
ਤਾਂ ਆਪਣੇ ਕੋਲ ਜਿਹੜਾ ਇਹ ਕੁਐਸਚਨ ਬਣਦਾ ਇਹ, ਹਾਂਜੀ ਇਹ ਵਾਲਾ ਬਿਲਕੁਲ ਵੀ ਨਹੀਂ ਰਹੇਗਾ ਜੀ, ਫੋਰ ਇਹ ਵਾਲਾ ਆਪਸ਼ਨ ਨਹੀਂ ਰਹੇਗਾ, ਟਾਈਪਿੰਗ ਐਰਰ ਹੈ ਜੀ। ਡਿਵਲਪਿੰਗ ਸਪੈਸੀਫਿਕ ਲਰਨਿੰਗ ਓਬਜੈਕਟਿਵਸ, ਕਿਉਂਕਿ ਹਰ ਇੱਕ ਬੱਚੇ ਦਾ ਜਿਹੜਾ ਸਟਰੈਂਥ ਹੈ ਵੀਕਨੈਸ ਹੈ, ਕਿਉਂਕਿ ਆਪਣੇ ਕੋਲ ਰਾਊਂਡ 1 ਦੇ ਵਿੱਚ ਵੀ ਇੱਕ ਦੋ ਸੈਸ਼ਨ ਇੱਦਾਂ ਦੇ ਸੀ ਜਿਹਦੇ ਵਿੱਚ ਜਿਹੜੇ ਕੁਐਸਚਨ ਇੱਕ ਦੋ ਗਲਤ ਸੀਗੇ, ਤਾਂ ਆਪਣੇ ਕੋਲ ਕਦੇ ਵੀ ਆਪਾਂ ਹੋਮਵਰਕ ਨਹੀਂ ਦੇਵਾਂਗੇ, ਨਾ ਹੀ ਆਪਾਂ ਬੱਚਿਆਂ ਨੂੰ ਕਹਾਂਗੇ ਕਿ ਦੂਸਰਿਆਂ ਤੋਂ ਕਾਪੀ ਕਰ ਲਾ, ਨਹੀਂ ਕਦੇ ਨਹੀਂ ਕਹਾਂਗੇ ਇਨਕਲੂਸਿਵ, ਬਟ ਆਪਾਂ ਹੈਲਪ ਲੈਣ ਲਈ ਕਹਿ ਸਕਦੇ ਹਾਂ, ਜਾਂ ਜਿਹੜਾ ਅੱਜ ਦਾ ਕਨਸੈਪਟ ਹੈ ਉਹਨੂੰ ਆਪਾਂ ਪੀਅਰ ਟਿਊਟਰਿੰਗ ਕਹਿ ਸਕਦੇ ਹਾਂ ਜੀ, ਉਦੋਂ ਹੈਲਪ ਲੈ ਲਾ, ਜਾਂ PAL ਕਹਿ ਸਕਦੇ ਹਾਂ, ਪੀਅਰ ਅਸਿਸਟੈਂਟ ਲਰਨਿੰਗ ਕਹਿ ਸਕਦੇ ਹਾਂ। ਪਲੀਜ਼ ਇਹਨੂੰ ਥਰਡ ਨੂੰ ਕੱਢ ਦਿਉ, ਥਰਡ ਤਾਂ ਆਪਾਂ ਪਹਿਲਾਂ ਹੀ ਕੱਢਤਾ ਸੀ, ਕਾਪਿੰਗ ਆਨਸਰ ਫਰੋਮ ਅਦਰ ਬ੍ਰਾਈਟ ਨੈਵ, ਆਨਸਰ ਇਜ਼ 4, ਪਲੀਜ਼ ਕੁਰੈਕਟ ਕਰ ਲਓ ਜੀ ਇਹਨੂੰ। 26, ਐਗਜ਼ਾਮਪਲ ਆਫ ਇਫੈਕਟਿਵ ਪ੍ਰੋਬਲਮ ਸੋਲਵਿੰਗ ਸਟ੍ਰੈਟਜੀ, ਹਾਂਜੀ ਫੰਕਸ਼ਨ ਫਿਕਸਡਨੈਸ, ਰਿਸਪੋਂਸ ਸੈੱਟ ਹੈ ਜੀ, ਮੀਨਿੰਗ ਐਂਡ ਅਨਾਲਿਸਿਸ ਹੈ। ਅਗਰ ਮੰਨ ਲਓ ਪਹਿਲੇ ਵਾਰਡ ਡਿਫੀਕਲਟ, ਇੱਥੋਂ ਦੇਖ ਲਓ, ਕਨਵੈਨਸ਼ਨਲ ਫੰਕਸ਼ਨ ਹੋਣਾ ਚਾਹੀਦਾ ਹੈ ਜੀ, ਇੱਕੋ ਹੀ ਤਰੀਕਾ ਹੋਣਾ ਚਾਹੀਦਾ ਕਿ 1 ਵੇ ਸਟੱਕ ਹੋ ਜਾਓ, ਕਿ ਇੱਥੋਂ ਹੀ ਸਮਝਾ ਦਿਉ। ਹੁਣ ਤੁਸੀਂ ਖੁਦ ਵੀ ਸਮਝਦਾਰ ਹੋ, ਜਿਵੇਂ 25ਵਾਂ ਅਤੇ 24ਵਾਂ ਕੁਐਸਚਨ ਸੀ ਕਿ ਕਿਸ ਐਂਡ ਨਾਲ ਉਹਨੂੰ ਆਪਾਂ ਸੋਲਵ ਕਰਨਾ ਹੈ, ਮੀ ਡਿਵਾਈਡਿੰਗ ਦੀ ਪ੍ਰੋਬਲਮ ਇਨ ਟੂ ਨੰਬਰ ਆਫ ਸਬ ਗੋਲਸ ਹੈ, ਜਾਂ ਅਟੈਨਸ਼ਨ ਨਹੀਂ ਦੇਣੀ। ਹੁਣ ਕਿਹੜੀ ਐਗਜ਼ਾਮਪਲ ਆਪਣੇ ਕੋਲ ਜਿਹੜੀ, ਹਾਂਜੀ ਬਿਲਕੁਲ, ਇਹ ਵੀ ਨੈਗਟਿਵ ਸੀ, ਤਾਂ ਆਪਣੇ ਕੋਲ ਛੋਟੇ ਛੋਟੇ ਗੋਲ ਦੇ ਅੰਦਰ ਬਣਨਾ, ਇਹ ਕੁਐਸਚਨ ਆਪਣਾ ਇਹਦੇ ਨਾਲ ਵੀ ਜੁੜਦਾ ਹੈ, ਇਹਦੇ ਨਾਲ ਵੀ ਦੇਖੋ। ਮੰਨ ਲਓ ਆਪਾਂ ਕਹੇ ਸਰ ਨਹੀਂ, ਅਸੀਂ ਇਸ ਗੱਲ 'ਤੇ ਐਗਰੀ ਨਹੀਂ ਕਰਦੇ, ਆਪਾਂ 4 ਲਾਇਆ ਇਹਦਾ, ਕਿਉਂਕਿ ਹਰ ਇੱਕ ਬੱਚੇ ਦਾ ਸਟਰੈਂਥ ਅਲੱਗ ਹੈ, ਵੀਕਨੈਸ ਅਲੱਗ ਹੈ, 25ਵਾਂ ਤਾਂ ਹੀ ਐਕਸਪਲੇਨੇਸ਼ਨ ਲਈ। ਅਗਲਾ ਦੇਖੋ, ਐਂਡ ਅਨਾਲਿਸਿਸ ਡਿਵਾਈਡਿੰਗ ਦੀ ਪ੍ਰੋਬਲਮ ਇਨ ਟੂ ਨੰਬਰ ਆਫ ਸਬ ਗੋਲ, ਮਤਲਬ ਕਿਸੇ ਦਾ ਕੋਈ ਵੀ ਸਟਰੈਂਥ ਹੋ ਸਕਦੀ ਹੈ, ਕੋਈ ਵੀ ਵੀਕਨੈਸ ਹੋ ਸਕਦੀ ਹੈ, ਚਾਹੇ ਕੋਈ ਵੀ ਇਫੈਕਟਿਵ ਪ੍ਰੋਬਲਮ ਸੋਲਵਿੰਗ ਸਟ੍ਰੈਟਜੀ ਕੀ ਹੈ ਇਹ। ਹੁਣ ਪ੍ਰੋਬਲਮ ਕਿਤੇ ਵੀ ਆ ਸਕਦੀ ਹੈ, ਨੋਰਮਲ ਕਲਾਸਰੂਮ 'ਚ ਵੀ ਆ ਸਕਦੀ ਹੈ, ਇਨਕਲੂਸਿਵ ਦੇ ਵਿੱਚ ਵੀ ਆ ਸਕਦੀ ਹੈ। ਉਮੀਦ ਹੈ ਤੁਹਾਨੂੰ 24 ਨੰਬਰ, 25 ਨੰਬਰ, 26 ਨੰਬਰ ਇਹ ਪ੍ਰੋਪਰਲੀ ਸਮਝ ਆ ਗਿਆ ਹੋਵੇਗਾ। 27 ਜੀ, ਹਲੋ ਜੀ, ਇੱਕ ਰੈਡੀ ਹੈਗਾ ਜੀ ਕੁਐਸਚਨ, ਨੋਟ ਵਾਲਾ, ਪਹਿਲੇ 26 ਦੇ ਵਿੱਚ ਨਹੀਂ ਕੀਤਾ, ਕਿਉਂਕਿ 27, 28, 29, 30 ਹੀ ਕਰਾਂਗੇ, ਟੋਟਲ 30 ਦਾ ਸੈਟ। ਨਾਓ ਵਿਚ ਆਫ ਫੋਲੋਇੰਗ ਇਜ਼ ਨੋਟ ਐਨ ਇਫੈਕਟਿਵ ਸਟ੍ਰੈਟਜੀ ਫੋਰ ਟੀਚਿੰਗ, ਨੋਟ ਐਕਸਪੈਰੀਮੈਂਟ ਐਕਸਪਲੋਰ ਕਰਵਾ ਸਕਦੇ ਹਾਂ ਜੀ, ਆਹ ਵਾਸਤੇ ਟੇਬਲ ਬਣਾ ਲਿਆ ਕਰੋ ਨਾਲ ਦੀ ਨਾਲ। ਡਾਇਲੋਗ ਡਿਸਕਸ਼ਨ ਹੈ, ਫੋਕਸ ਔਨ ਰੀਪ੍ਰੋਡਕਸ਼ਨ ਆਫ ਨੌਲੇਜ ਐਜ਼ ਗਿਵਨ, ਦੈਨ ਕਿ ਆਪਣੇ ਬੱਚਿਆਂ ਨੂੰ ਇਨਕਰੇਜ ਕਰਨਾ ਕਿ ਤੁਸੀਂ ਇੱਕ ਗੈਸ ਨੰਬਰ ਲੈ ਸਕਦੇ ਹੋ। ਨੋਟ ਪੁੱਛਿਆ ਜੀ, ਐਕਸਪਲੋਰ ਡਾਇਲੋਗ ਫੋਕਸ ਔਨ ਰੀਪ੍ਰੋਡਕਸ਼ਨ ਆਫ ਨੌਲੇਜ ਐਜ਼ ਗਿਵਨ, ਕਿ ਦੁਬਾਰਾ ਰੀਪ੍ਰੋਡਿਊਸ ਕਰੋ ਜਿਹੜੀ ਚੀਜ਼ ਤੁਹਾਨੂੰ ਦਿੱਤੀ ਹੋਈ ਹੈ ਕਰੈਮ ਕਰਨ ਲਈ। ਰੀਪ੍ਰੋਡਿਊਸ ਦਾ ਮਤਲਬ ਕਰੈਮਿੰਗ ਦੀ ਗੱਲ ਕਰੀ ਜਾ ਰਹੀ ਹੈ ਜੀ ਉਰੇ, ਰੀਪ੍ਰੋਡਕਸ਼ਨ ਆਫ ਨੌਲੇਜ ਐਜ਼ ਗਿਵਨ, ਕਿ ਸਿਰਫ ਰੀਪ੍ਰੋਡਿਊਸ ਦੇ ਉੱਪਰ ਫੋਕਸ ਕਰਨਾ। ਡਾਇਲੋਗ ਹੈ, ਡਿਸਕਸ਼ਨ ਹੈ, ਮਤਲਬ ਅੱਛੀ ਡਿਸਕਸ਼ਨ ਚੱਲ ਰਹੀ ਹੈ, ਐਕਸਪੈਰੀਮੈਂਟ ਐਕਸਪਲੋਰੇਸ਼ਨ ਰਿਫਲੈਕਟਿਵ 'ਤੇ ਹੈ, ਜਾਂ ਫਿਰ ਹੁਣ ਆਪਸ਼ਨ ਦੇ ਨਾਲ ਕਿ ਆਪਾਂ ਉਸ ਬੱਚੇ ਨੂੰ ਕਹੀਏ ਕਿ ਕੋਈ ਗੱਲ ਨਹੀਂ ਤੂੰ ਗੈਸ ਲਾ ਕੇ ਦੇਖ ਦੱਸ ਤਾਂ ਸਹੀ, ਇਸ ਵਾਲੀ ਆਪਸ਼ਨ ਦੇ ਵਿੱਚ ਤਾਂ ਆਪਣੇ ਕੋਲ ਉਹੀ ਹੈ ਜੀ ਕਿ ਆਪਾਂ ਬੱਚੇ ਨੂੰ ਕਦੇ ਵੀ ਰੀਪ੍ਰੋਡਕਸ਼ਨ ਲਈ ਨਹੀਂ ਕਹਾਂਗੇ, ਵਾਰ ਵਾਰ ਕਰੈਮ ਹੀ ਕਰੀ ਚੱਲ, ਫੋਕਸ ਨਹੀਂ ਕਰਨਾ, ਕਿਉਂਕਿ ਇੱਥੋਂ ਆਪਾਂ ਸਮਝਾ ਤਾਂ ਅੰਡਰਸਟੈਂਡ ਚਲਾ ਗਿਆ, ਇੱਥੋਂ ਨਵਾਂ ਕ੍ਰੀਏਟ ਕਰ ਲਿਆ, ਖਤਮ ਹੋ ਗਿਆ ਨਾ ਜੀ। ਇਹ ਆਪਦਾ ਗੈਸ ਤਾਂ ਹੀ ਲਾਊਗਾ, ਤਾਂ ਹੀ ਐਕਸਪਲੋਰ ਕਰੂਗਾ, ਇਹ ਤਿੰਨੇ ਆਪਸ਼ਨ ਜੁੜੇ ਹੋਏ ਆਪਣੇ ਅੰਡਰਸਟੈਂਡਿੰਗ ਅਤੇ ਰਿਫਲੈਕਟਿਵ। 28, ਨੇਵ ਥਿਊਰੀਜ਼ ਆਪਾਂ ਪਹਿਲਾਂ ਹੀ ਕੀਤਾ ਜੀ, ਬੈਕਗਰਾਊਂਡ ਟੀਚਰ ਸ਼ੁੱਡ, ਉਸ ਕਨਸੈਪਸ਼ਨ ਨੂੰ ਆਪਾਂ ਕਰ ਚੁੱਕੇ ਹਾਂ ਚਿਲਡਰਨ ਥਰੂ ਡਾਇਲੋਗ, ਹੁਣ ਹੀ ਆਪਾਂ ਪਿਛਲਾ ਇੱਕ ਦੇਖੋ, ਤੁਸੀਂ ਸਟੈਪ ਦੇਖੋ ਜਿਹੜਾ ਕੁਐਸਚਨ ਨੂੰ ਜਿਹੜਾ ਨਾਲ ਨਾਲ ਰੀਡ ਕੀਤਾ ਗਿਆ, ਨਾਲ ਨਾਲ ਰੱਖਿਆ ਗਿਆ,
ਅੱਗੇ ਪਿੱਛੇ ਵੀ ਹੋ ਸਕਦਾ 24, 25, 26, 27, 28 ਕਿ ਤੁਸੀਂ ਕਿਸੇ ਵੀ ਚੀਜ਼ ਤੋਂ ਅੱਗੇ ਪਿੱਛੇ ਨਾ ਹੋ। ਜੇ ਕੋਈ ਗਲਤ ਵੀ ਕਰੋਗੇ ਤਾਂ ਉਸ 24 ਨੰਬਰ ਤੋਂ ਲੈ ਕੇ 30 ਨੰਬਰ ਤੱਕ ਆਪਦੇ ਆਪ ਨੂੰ ਕਰੈਕਟ ਕਰ ਲਓਗੇ। 28 ਆਪਾਂ ਕੰਪਲੀਟ ਕਰ ਚੁੱਕੇ ਹਾਂ ਜੀ, ਇਸੇ ਕਰਕੇ ਮੈਂ ਤੁਹਾਨੂੰ ਆਂਸਰ ਪਹਿਲਾਂ ਹੀ ਦੱਸਤਾ ਕਿ ਇਹਦੇ ਨਾਲ ਸਾਰਾ ਜੁੜਿਆ ਹੋਇਆ 29। ਹਾਂਜੀ, ਕੋਗਨੀਸ਼ਨ ਐਂਡ ਇਮੋਸ਼ਨ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਯੂਨੀਡਾਇਰੈਕਸ਼ਨਲ ਹੈ ਸਿੰਗਲ ਦੇ ਨਾਲ ਜਾਂ ਬਾਈਡਾਇਰੈਕਸ਼ਨਲ ਹੈ ਜਾਂ ਇੱਕੋ ਚੀਜ਼ਾਂ ਜੁੜੀਆਂ ਹੋਈਆਂ ਨੇ। ਕੋਗਨੀਸ਼ਨ ਮਾਇੰਡ ਦੇ ਨਾਲ ਹੈ, ਇਮੋਸ਼ਨਸ ਇਹ ਵੀ ਆਪਾਂ ਆਪਣੀ ਕਲਾਸ ਦੇ ਵਿੱਚ ਹੀ ਸੋਲਵ ਕੀਤਾ ਹੋਇਆ। ਤਾਂ ਆਪਣੇ ਕੋਲ ਜਿਹੜਾ ਹੈਗਾ ਜੀ ਇੱਕ ਇੰਟਰਪਲੇ ਹੈ ਜੀ, ਜਿਵੇਂ ਇੰਟਰਪਲੇ ਕਾਹਦਾ ਜੀ, ਹੈਰੀਡਿਟੀ ਅਤੇ ਇਨਵਾਇਰਮੈਂਟ ਦਾ, ਬਾਈਡਾਇਰੈਕਸ਼ਨਲ ਦੋਨੋਂ ਚੀਜ਼ਾਂ ਆਪਾਂ ਇਮੋਸ਼ਨਸ ਨੂੰ ਵੀ ਮਾਇੰਡ ਦਾ ਕੰਟਰੋਲ ਜੋ ਆਪਾਂ ਕਹਿ ਦਿੰਦੇ ਹਾਂ ਅਤੇ ਇਮੋਸ਼ਨ ਜਿਹੜਾ ਆਪਾਂ ਈਕਿਊ ਦੀ ਗੱਲ ਕਹਿ ਦਿੰਦੇ ਹਾਂ। ਅੱਜ ਦਾ ਲਾਸਟ ਸਵਾਲ ਜੀ, ਵੈਨ ਸਟੂਡੈਂਟਸ ਰਿਪੀਟਡਲੀ ਇੰਗੇਜ ਇਨ ਐਕਟੀਵਿਟੀ, ਬਾਰ ਬਾਰ ਆਪਾਂ ਕਹਿੰਦੇ ਕਿ ਐਕਟੀਵਿਟੀ ਕਰੋ, ਜਿਵੇਂ ਰਾਊਂਡ 2 ਤੁਹਾਨੂੰ ਮੈਂ ਦੱਸਿਆ, ਰਾਊਂਡ 2, ਰਾਊਂਡ 3 ਉਹ ਵੀ ਕਰਾਂਗੇ ਜੀ, 40-40, 50-50 ਕੁਸ਼ਚਨ ਦਵਾ ਦਾ, ਡਿਜ਼ਾਈਨ ਕੰਡਕਟ ਐਂਡ ਐਕਸਪੈਰੀਮੈਂਟ ਟੂ ਅਰਨ ਏ ਅਵਾਰਡ ਦੈਟ ਇਜ਼ ਨੋਟ ਡਾਇਰੈਕਟ ਰਿਲੇਟਡ ਟੂ ਦੀ ਐਕਟੀਵਿਟੀ। ਆਪਾਂ ਕਹਿ ਤਾ ਕਿ ਬਈ ਸਟਾਰ ਮਿਲ ਗਿਆ ਤਾਂ ਵੀ ਵਧੀਆ, ਲੇਕਿਨ ਫਿਰ ਵੀ ਕਰਦੇ ਨਾ ਨਾ, ਪ੍ਰੈਕਟਿਸ 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 ਮੇਕਸ ਥਿੰਗਸ ਪਰਮਾਨੈਂਟ, ਠੀਕ ਹੈ, ਜਾਂ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜਾਂ ਹਿਊਮਨ ਪਰਫੈਕਟ, ਬਟ ਉਹ ਤੋਂ ਬਾਅਦ ਥਿੰਗਸ ਪਰਮਾਨੈਂਟ ਦਾ ਮਤਲਬ ਕਿ ਜੋ ਕਰੋਗੇ ਉਹ ਸਾਰੀਆਂ ਚੀਜ਼ਾਂ ਯਾਦ ਹੋ ਜਾਣਗੀਆਂ। ਡੈਵਲਪ ਮਟੀਰੀਅਲਿਸਟਿਕ ਐਟੀਟਿਊਡ, ਹੁਣ ਇਹ ਵਰਡ ਨੂੰ ਬਾਅਦ ਚੈੱਕ ਕਰ ਲਓ, ਇਹ ਅਵਾਰਡ ਦੇ ਨਾਲ ਜਾ ਰਹੇ, ਪਰ ਉੱਥੇ ਨੋਟ ਵਾਲਾ ਸਵਾਲ ਵੀ ਹੈ। ਇੰਜੋਏ ਲਰਨਿੰਗ ਫੋਰ ਦੀ ਸੇਕ ਆਫ ਅੰਡਰਸਟੈਂਡਿੰਗ, ਇਸ ਟ੍ਰਾਇੰਗਲ ਦੇ ਉੱਪਰ ਹੈ ਜੀ। ਪਰਸਿਸਟ ਡੂਇੰਗ ਦੀ ਐਕਟੀਵਿਟੀ ਈਵਨ ਡੂਇੰਗ ਵਿਦਆਊਟ ਦੀ ਰਿਵਾਰਡ, ਕਿ ਆਪਾਂ ਜੀ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸੈਲਫਿਸ਼ ਮੋਟਿਵ ਤੋਂ ਕਰ ਰਹੇ ਹਾਂ ਬਿਲਕੁਲ। ਦਾ ਸੈੱਟ ਮਾਸਟਰੀ ਗੋਲਸ ਫਾਰ ਦੈਮਸੈਲਵ ਰੈਦਰ ਦੈਨ ਵਰਕ ਟੂ ਪਲੀਜ਼ ਅਦਰ, ਕਿ ਆਪਦੇ ਲਈ ਆਪਾਂ ਗੋਲ ਸੈੱਟ ਕੀਤਾ ਹੋਇਆ ਜੀ, ਆਪਾਂ ਆਪਦਾ ਬੈਸਟ ਕਰਨਾ। ਆਪਾਂ ਕੀ ਕਹਿੰਦੇ ਜੀ, ਬੈਸਟ 'ਚ ਵੀ ਬੈਸਟ ਹੁੰਦਾ। ਹੁਣ ਆਪਾਂ ਪ੍ਰੈਕਟਿਸ ਕਰ ਰਹੇ ਹਾਂ, ਹੁਣ ਚਾਹੇ ਤੁਸੀਂ ਸਿੰਗਲ ਪ੍ਰੈਕਟਿਸ ਕਰੋ ਚਾਹੇ ਡਬਲ ਪ੍ਰੈਕਟਿਸ ਕਰੋ, ਬਟ ਆਪਣਾ ਅਤੇ ਬ੍ਰਾਈਟ ਅਕੈਡਮੀ ਦਾ ਡਾਇਰੈਕਟਰ ਸਾਹਿਬ ਦਾ, ਜਿਵੇਂ ਆਪਾਂ ਸਟਾਰਟਿੰਗ ਨੂੰ ਲੈ ਕੇ ਦੱਸਿਆ, ਇੱਕ ਏਮ ਹੈ ਕਿ ਇਸ ਵਾਰ ਬਹੁਤ ਵਧੀਆ ਤਰੀਕੇ ਨਾਲ ਰਿਜ਼ਲਟ ਦੇਣਾ, ਕਿਉਂਕਿ ਪਿਛਲੀ ਵਾਰ ਕਾਫੀ ਬੱਚੇ ਜਿਵੇਂ ਸਰ ਨੇ ਦੱਸਿਆ ਕਹਿ ਰਹੇ ਕਿ ਸਰ ਪ੍ਰੈਪਰੇਸ਼ਨ ਨਹੀਂ, ਤਾਂ ਆਪਾਂ ਇਸ ਤਰੀਕੇ ਨਾਲ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਆਫਲਾਈਨ ਔਨਲਾਈਨ ਵੀ, ਕਿ ਤੁਸੀਂ ਇਸ ਵਾਰ ਮੈਕਸੀਮਮ ਰਿਜ਼ਲਟ, ਜਿੰਨੇ ਵੀ ਟੀਚਿੰਗ ਇਗਜ਼ਾਮ ਆਉਣ ਵਾਲੇ ਸਮੇਂ ਦੇ ਵਿੱਚ, 1-1.5 ਮਹੀਨੇ ਦੇ ਵਿੱਚ ਆਉਣ ਵਾਲੇ, ਤੁਹਾਡੀ ਸਿਲੈਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਜੀ। ਤਾਂ ਆਪਣੇ ਕੋਲ ਜਿਹੜਾ ਹੈਗਾ ਨੋਟ ਦੇ ਨਾਲ ਜਿਹੜਾ ਜੁੜਿਆ ਹੈ, ਮਟੀਰੀਅਲਿਸਟਿਕ ਐਟੀਟਿਊਡ ਟੁਵਾਰਡ, ਕਿ ਆਪਾਂ ਉਹ ਚੀਜ਼ ਬੱਚੇ ਦੇ ਵਿੱਚ ਨਾ ਡਿਵਲਪ ਹੋਵੇ, ਕਿ ਮਟੀਰੀਅਲਿਸਟਿਕ ਨਹੀਂ ਹੋਣੀ ਚਾਹੀਦੀ, ਅੰਡਰਸਟੈਂਡਿੰਗ ਵੀ ਹੋਣੀ ਚਾਹੀਦੀ ਹੈ, ਬਿਨਾਂ ਰਿਵਾਰਡ ਤੋਂ ਵੀ ਕੰਮ ਕਰ ਸਕਦਾ ਹੋਵੇ, ਆਪਣੇ ਲਈ ਮਾਸਟਰ ਗੋਲ ਵੀ ਕੰਪਲੀਟ ਕਰ ਸਕਦਾ ਹੋਵੇ। ਇਹ ਆਪਣੇ ਲਈ ਹੋਮਵਰਕ ਲੈ ਲਓ ਜੀ, ਮਿਡਲ ਚਾਈਲਡਹੁੱਡ, ਕਿਉਂਕਿ ਆਪਾਂ ਇਹ ਵਾਲਾ ਪੁਆਇੰਟ ਕਵਰ ਕਰ ਚੁੱਕੇ ਹਾਂ। ਕਿਹੜਾ ਪੁਆਇੰਟ ਜੀ? ਇਨਫੈਂਸੀ ਵਾਲਾ, ਅਰਲੀ ਚਾਈਲਡਹੁੱਡ ਵਾਲਾ, ਉਹਦੇ ਰਿਗਾਰਡਿੰਗ ਦਾ ਹੀ ਕੁਸ਼ਚਨ ਹੈ। ਕਰੈਕਟਰਾਈਜ਼ ਦੀ ਪੀਰੀਅਡ ਆਫ ਮਿਡਲ ਚਾਈਲਡਹੁੱਡ, ਉੱਥੇ ਫਾਸਟ ਪੁੱਛਿਆ ਸੀ ਰੈਪਿਡ ਚੇਂਜ, ਇੱਥੇ ਪਹਿਲਾਂ ਹੀ ਦੱਸਤਾ ਫਿਜ਼ੀਕਲ ਗਰੋਥ ਡਿਵਲਪਮੈਂਟ ਅਕਰ ਐਟ ਵੈਰੀ ਰੈਪਿਡ ਪਲੇਸ, ਅਬਿਲਿਟੀ ਟੂ ਥਿੰਕ ਐਬਸਟ੍ਰੈਕਟ ਔਰ ਯੂਜ਼ ਆਫ ਸੈਂਟੀਫਿਕ ਰੀਜ਼ਨਿੰਗ, ਜਾਂ ਫਿਰ ਦੇ ਬਿਗਿਨ ਟੂ ਥਿੰਕ ਲੋਜੀਕਲੀ, ਮਤਲਬ ਕੋਨਕ੍ਰੀਟਲੀ ਨਹੀਂ ਸੋਚਦੇ, ਜਾਂ ਫਿਰ ਸੈਂਸਰ ਅਤੇ ਮੋਟਰ ਐਕਟੀਵਿਟੀਜ਼ ਹੋਮਵਰਕ ਦੇ ਵਿੱਚ ਹੈ ਜੀ। ਨੈਕਸਟ ਵੀਡੀਓ ਆਪਣੀ 6 April ਨੂੰ ਮਿਲੇਗੀ, ਮਤਲਬ 1 ਦਿਨ ਦੇ ਗੈਪ ਦੇ ਨਾਲ ਵੀ ਮਿਲ ਸਕਦੀ ਹੈ, ਪਹਿਲਾਂ ਵੀ ਤੁਹਾਨੂੰ ਮਿਲ ਸਕਦੀ ਹੈ, ਬਟ ਸਟੇ ਟਿਊਨਡ, ਆਪਦੇ ਫਰੈਂਡਸ ਨੂੰ ਵੀ ਸ਼ੇਅਰ ਕਰਦੇ ਰਹੋ। ਅਤੇ ਅਪਰੋਕਸੀਮੇਟਲੀ 6 PM ਤੋਂ ਬਾਅਦ ਅਸੀਂ ਇਹ ਜਿਹੜੀ ਵੀਡੀਓ ਤੁਹਾਡੇ ਲਈ ਦੱਸਦੇ ਹਾਂ, ਬਾਕੀ ਇਹ ਨੋਟੀਫਿਕੇਸ਼ਨ ਮੈਂ ਤੁਹਾਨੂੰ ਅਗਲੀ ਵਾਰ ਫਸਟ ਤੋਂ ਵੀ ਦੱਸ ਦੂੰਗਾ। ਅਤੇ ਆਪਦੇ ਫਰੈਂਡਸ ਦੇ ਨਾਲ ਵਧੀਆ ਤਰੀਕੇ ਨਾਲ ਸਟੱਡੀ ਕਰੋ, ਪਰਮਾਤਮਾ ਨੇ ਜੋ ਕੰਮ ਦਿੱਤਾ ਉਹਨੂੰ ਅੱਛੇ ਤਰੀਕੇ ਨਾਲ ਖੁਸ਼ੀ ਨਾਲ ਨਿਭਾਓ। ਟੇਕ ਕੇਅਰ, ਗੋਡ ਬਲੈਸ ਯੂ, ਡੂ ਪੋਜ਼ਿਟਿਵ ਸਟੱਡੀ, ਅਤੇ ਆਪਣੇ ਪੇਰੈਂਟਸ ਦਾ ਵੀ ਅੱਛੇ ਤਰੀਕੇ ਨਾਲ ਖਿਆਲ ਰੱਖੋ। ਥੈਂਕ ਯੂ।